ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚਲਨ ਦੇ ਦਰਸ਼ਕੋ ਇਸ ਵੇਲੇ ਅਸੀਂ ਪਿੰਡ ਜੱਲੂਪੁਰ ਖੇੜਾ ਵਿੱਚ ਖੜੇ ਆ ਤੇ ਖੜੇ ਵੀ ਅਸੀਂ ਗਰਦੀਪ ਸਿੰਘ ਜੀ ਖੇੜਾ ਉਹਨਾਂ ਦੇ ਘਰ ਦੇ ਬਾਹਰ ਆ ਜਿੱਥੇ ਅੱਜ ਉਹਨਾਂ ਨੂੰ 4 ਦਿਨ ਹੋ ਗਿਆ ਪਰੋਲ ਤੇ ਆਇਆ ਨੂੰ ਉਹਦੇ ਵਾਸਤੇ ਅੱਜ ਮਿਲਣਾ ਆ ਅਕਾਲ ਚਲਨ ਦੀ ਟੀਮ ਆਈ ਆ ਹੋਰ ਬਹੁਤ ਸਾਰੇ ਪਤਵੰਤੇ ਹੋਏ ਆ ਸਿੰਘ ਸਾਹਿਬ ਜਸਵੀਰ ਸਿੰਘ ਜੀ ਸਾਹਿਬ ਕਾ ਜੈ ਸਦਾ ਅਕਾਲ ਤਖਤ ਸਾਹਿਬ ਉਹ ਆਏ ਤੇ ਆਪਾਂ ਅੰਦਰ ਚਲਦੇ ਆ ਤੇ ਖੇੜਾ ਸਾਹਿਬ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਤੇ ਹੋਰ ਸਾਰਿਆਂ ਨੂੰ ਮਿਲਦੇ ਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਜਿਮੇ ਅਸੀਂ ਦੱਸ ਚੁੱਕੇ ਹਾਂ ਕਿ ਅਸੀਂ ਅੱਜ ਜਲੂਪੁਰ ਖੇੜਾ ਸਰਦਾਰ ਗੁਰਦੀਪ ਸਿੰਘ ਜੀ ਖੇੜਾ ਜੋ ਪ੍ਰੋਲ ਤੇ ਰਿਹਾ ਹੋਏ ਉਹਨਾਂ ਦੇ ਘਰ ਵੇਖ ਕੇ ਪਹੁੰਚੇ ਤੇ ਅਸੀਂ ਬਾਹਰੋਂ ਐਸ ਵੇਲੇ ਅੰਦਰ ਪਹੁੰਚ ਚੁੱਕੇ ਹਾਂ ਤੇ ਸਾਡੇ ਨਾਲ ਗੁਰਦੀਪ ਸਿੰਘ ਜੀ ਖੇੜਾ ਬੈਠੇ ਹਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੀਪ ਸਿੰਘ ਜੀ ਅ ਅੱਜ 3 ਦਿਨ ਹੋ ਗਏ ਰਿਹਾ ਹੋਿਆਂ ਨੂੰ ਕਿਵੇਂ ਮਹਿਸੂਸ ਕਰਦੇ ਆ ਬਹੁਤ ਮਨ ਪ੍ਰਸੰਨ ਹੋ ਰਿਹਾ ਜੀ ਮਾਤਾ ਪਿਤਾ ਨਾਲ ਮਿਲੇ ਆ ਔਰ ਪਿੰਡ ਦੇ ਵੀ ਪੂਰੇ ਲੋਕ ਪੁਰਾਣੇ ਕੋਈ ਤੇ ਸਾਥੋਂ ਬਾਅਦ ਬੱਚੇ ਪੈਦਾ ਹੋਏ ਅੱਗੇ ਉਹਨਾਂ ਦੇ ਬੱਚੇ ਪੈਦਾ ਹੋ ਗਏ ਉਹਨਾਂ ਦੀਆਂ ਵੀ ਸਾਧੀਆਂ ਹੋ ਚੁੱਕੀਆਂ ਹਾਂਜੀ ਉਹ ਲੋਕ ਵੀ ਆਏ ਆ ਮਾਤਾ ਪਿਤਾ ਨੇ ਜਾਣਕਾਰੀ ਵੀ ਕਰਾਈ ਪਈ ਤੇ ਤੋਂ ਬਾਅਦ ਜ ਪੈਦਾ ਹੋਏ ਸੀ ਬੱਚੇ ਫਲਾਣੇ ਦਾ ਪੁੱਤ ਆ ਇਹ ਫਲਾਣੇ ਦਾ ਮੁੰਡਾ ਹੈ ਇਹ ਫਲਾਣੇ ਦੀ ਨੋ ਆਏ ਫਲਾਣੇ ਲੜਕੀ ਹੈ ਹਾਂਜੀ ਹਾਂਜੀ ਆਸ-ਪਾਸ ਪਿੰਡਾਂ ਤੋਂ ਹੀ ਲੋਕ ਆ ਰਹੇ ਤੇ ਇੱਕ ਪਰ ਥੋੜਾ ਜਿਹਾ ਪਸ਼ੋਕੜ ਵੱਲ ਕੇਸ ਦੇ ਵੱਲ ਜਾਣਾ ਚਾਹੁੰਦੇ ਆ ਹਾਂਜੀ ਕਿ ਇਹ ਕਿਵੇਂ ਤੁਸੀਂ ਇਸ ਲਹਿਰ ਦੇ ਵਿੱਚ ਸ਼ਾਮਲ ਹੋਏ ਤੇ ਕੀ ਹੋਇਆ ਜਦੋਂ ਮਤਲਬ ਤੁਹਾਨੂੰ ਇਹ ਸਜ ਪਹਿਲੀ ਲਹਿਰ ਦੇ ਵਿੱਚ ਸਿਰ ਉਤੋਂ ਸੰਘਰਸ਼ਾ ਜਿਹਾ ਮਤਲਬ ਨਰਕਧਾਰੀਆਂ ਨੇ ਜਦੋਂ 13 ਸਿੰਘ ਸ਼ਹੀਦ ਕਰਤੇ ਸੀ 13 April 1978 ਨੂੰ ਅੰਮ੍ਰਿਤਸਰ ਤੇ ਉਦੋਂ ਅਸੀਂ ਨਵੀਂ ਨਵੀਂ ਪੜ੍ਹਾਈ ਛੱਡੀ ਹਜੇ ਸੀ ਤਸੀਂ ਧਾਰਮਿਕ ਵਰਤਿਆਂ ਅਖੰਡ ਪਾਠ ਸਾਹਿਬ ਕਰਦੇ ਹੁੰਦੇ ਲੋਕਾਂ ਦੇ ਘਰਾਂ 'ਚ ਵੀ ਆਪਣਾ ਗੁਰਪੁਰਬ ਦਾ ਗੁਰੂ ਘਰ ਵੀ ਤੇ ਉੱਥੇ ਵੀ ਸਾਨੂੰ ਲੱਗਣ ਲੱਗੀ ਪਏ ਗੁਰੂ ਢੰਮ ਨੇ ਸਾਡੇ ਘਰ ਆ ਕੇ ਲਲਕਾਰਿਆ ਜਿਹੜਾ ਤੇ ਚੰਗੀ ਗੱਲ ਨਹੀਂ ਗਈ ਤੇ ਉੱਥੋਂ ਸਾਨੂੰ ਲੱਗਣ ਲੱਗੀ ਹੈ ਕਿ ਜੋਇਸ ਗੱਲ ਕਰਦਾ ਸੇ ਕੰਮ ਦੇ ਨਾਲ ਹੀ ਆਪਣੇ ਹੱਥ ਨੂੰ ਅਮਰਤਾਰੀ ਸੀ ਗਈ ਪੰਜਾਂ ਪਿਆਰਿਆਂ ਦੇ ਸਾਹਮਣੇ ਤੋਂ ਕਰਨ ਕੀਤਾ ਜਾਂਦਾ ਪੰਜ ਪਿਆਰੇ ਉਦੋਂ ਪੁੱਛਦੇ ਵੀ ਜੇ ਤੁਹਾਨੂੰ ਅਮਰਤ ਦੇਣਾ ਤੇ ਦੇ ਵਾਸਤੇ ਆਪਣਾ ਸੀਸ ਦੇਣਾ ਪਊਗਾ ਹਾਂਜੀ ਤਾਂ ਹੀ ਕਹਿ ਦਿੰਦੇ ਵੀ ਹਾਜ਼ਰ ਆ ਠੀਕ ਹੈ ਤੇ ਉਹ ਕੀਤੇ ਹੋਏ ਪੰਜਾਂ ਪਿਆਰਿਆਂ ਦੇ ਸਾਹਮਣੇ ਜੋ वचन ਕੀਤਾ ਹੈ ਉਹਨਾਂ ਪੂਰਾ ਕਰਨ ਵਾਸਤੇ ਜਦੋਂ ਗੁਰੂ ੜਮ ਦਾ ਇਹ ਵਿਜੋਰ ਵੇਖਿਆ ਤੇ ਗੁਰੂ ੜਮ ਨੂੰ ਖਤਮ ਕਰਨ ਵਾਸਤੇ ਐਵੇਂ ਆਪਣਾ ਸੀਸ ਜਿਹੜਾ ਆਪਣੇ ਸਤਿਗੁਰੂ ਨੂੰ ਹਾਜ਼ਰ ਕੀਤਾ ਤੁਹਾਡੇ ਤੇ ਕਿਹੜੇ ਕਿਹੜੇ ਕੇਸ ਪਾਏ ਗਏ ਸਨ ਪਹਿਲਾਂ ਜੀ 1987 ਦੇ ਵਿੱਚ 2 ਸਾਲ 1987 ਤੋਂ 90 ਤੱਕ ਸਾਨੂੰ ਐਨਐਸਏ ਲਾ ਕੇ 2 ਸਾਲ ਅੰਦਰ ਡਕਿਆ ਪੰਜਾਬ ਦੀ ਪਹਿਲਾਂ 1 ਸਾਲ ਅੰਮ੍ਰਿਤਸਰ ਜੇਲ੍ਹ ਰਹੇ ਹਾਂ 1 ਸਾਲ ਪਟਿਆਲੇ ਜੇਲ੍ਹ ਚ ਰਹੇ ਹਾਂ ਪੰਜਾਬ ਦੀ ਜੇਲ੍ਹ ਫਿਰ ਬਾਹਰ ਜਾ ਕੇ 6 ਮਹੀਨੇ ਹੋਏ ਹੈ ਬਾਹਰ ਗਿਆ ਨੂੰ ਫਿਰ ਸਾਨੂੰ ਦਿੱਲੀ ਤੋਂ ਫੜਿਆ ਗ੍ਰਿਫਤਾਰ ਕੀਤਾ ਉੱਥੇ ਸਾਡੇ ਟਾਰ ਡੈਕ ਐਕਸਪਲੋਜ ਚੱਲੇ ਹੋਏ ਬੰਬ ਦਿਖਾਏ ਸੀ ਹਾਂਜੀ ਤੇ ਇੱਕ ਕਰਨਾਟਕ ਸਟੇਟ ਬਿਦਰ ਦੇ ਸਿਨੇਮਾ ਹਾਲ ਚ ਚੱਲਾ ਹੈ ਬੰਬ ਦਿਖਾਇਆ ਸੀ ਹਾਂਜੀ ਤੇ ਉੱਥੇ ਟਾਰ ਡੈਕ ਐਕਸਪਲੋਜ ਫੈਕਟ ਲਾਇਆ ਸੀ ਹਾਂਜੀ ਦੋ ਜਗ੍ਹਾ ਸਾਨੂੰ ਮਰਕਾਇ ਸਜ਼ਾ ਹੋਈ ਜਿਹੜੀ ਦਿੱਲੀ ਗਵਰਨਮੈਂਟ ਨੇ ਉਹ ਸਜ਼ਾ ਰਣਕਨ ਰੀਡ ਸੀ ਦਿੱਲੀ ਗਵਰਨਮੈਂਟ ਨੇ ਜਿਹੜੀ ਉਹ ਸਾਨੂੰ 20 ਸਾਲ ਪੂਰੇ ਹੁਣ ਤੇ ਰੀਲੀਜ਼ ਕਰਤਾ ਪਰ ਕਰਨਾਟਕ ਗਵਰਨਮੈਂਟ ਅਜੇ ਰੀਲੀਜ਼ ਨਹੀਂ ਕਰ ਰਹੀ ਤੇ ਇਹ ਇੱਕ ਦੋ ਕੇਸਾਂ ਦੇ ਵਿੱਚ ਮਤਲਬ ਜਿਹੜੀ ਆ ਸਜ਼ਾ ਦੋਸ ਜਮਾਉਣੀ ਰੱਖੀਆਂ ਜਾਂ ਇੱਕੋ ਹੀ ਸਜ਼ਾ ਨੇ ਕੋ سزا ਰਣਕਟ ਜਿਹੜੀ ਬਿਦਰ ਸੈਟ ਤੋਂ ਬਾਅਦ ਜਿਹੜੀ سزا ਦਿੱਤੀ ਕੋਰਟ ਨੇ ਬਿਦਰ ਗੌਰਵ ਕਰਨਾਟਕ ਸਟੇਟ ਦੇ ਜੱਜ ਨੇ ਠੀਕ ਹੈ ਤੋਂ ਨੇ ਕਿਹਾ ਵੇ ਦਿੱਲੀ ਵਾਲੀ سزا ਦੇ ਨਾਲ ਨਾਲ ਇਹ سزا ਚੱਲੂਗੀ ਸਾਡੇ ਜੱਜਮੈਂਟ ਕਾਪੀ 'ਚ ਲਿਖਿਆ ਵਾ ਠੀਕ ਹੈ ਕਿ سزا ਉਹਦੇ ਨਾਲ ਰਣਕੰਗਰੀਟ ਹੈ ਹਾਂਜੀ ਦੋਵੇਂ ਪੀੜ ਇਕੱਠੇ ਹੀ ਆ ਜੇ ਦਿੱਲੀ ਰਿਲੀਜ਼ ਕਰ ਸਕਦੀ ਆ ਤੇ ਉਹਨਾਂ ਨੇ ਕਿਉਂ ਨਹੀਂ ਕੀਤਾ ਇਹਦੇ ਕਿਉਂਕਿ ਸਿੱਖਾਂ ਵਾਸਤੇ ਕਾਨੂੰਨ ਵੱਖਰਾ ਹੈ ਹਾਂ ਉਹ ਬਾਕੀ ਪੈਰਵਾਹੀ ਉਹ ਜਿਸ ਤਾਂ ਦਿੱਲੀ ਵਾਂਹੀਂ ਰਿਲੀਜ਼ ਹੋਏ ਆ ਹਾਂਜੀ ਜੇ ਉਸ ਟਾਈਮ ਹਾਈ ਕੋਰਟ ਵਗੈਰਾ ਲਗਾਈ ਜਾਂਦੀ ਕੋਈ ਐਪਲੀਕੇਸ਼ਨ ਕਿਉਂਕਿ ਇੱਕ ਹੀ ਲੈ ਸਜ਼ਾ ਕੱਟਣੀ ਹੁੰਦੀ ਆ ਡਬਲ ਤੇ ਕਿਤੇ ਹੈ ਨਹੀਂਗੀ ਹਾਂ ਹਾਂ ਇਹ ਸਜਾਰਨ ਕਿਤੇ ਉਸ ਟਾਈਮ ਕਾਰ ਵੀ ਹੋ ਪਰ ਕਾਰਵਾਈ ਪੈਰਵਾਈ ਨਹੀਂ ਹੋਈ ਇਸ ਕਰਕੇ ਹਾਂਜੀ ਤੇ ਜਿੱਦਾਂ ਹੁਣ ਤੁਸੀਂ ਉਧਰ ਮਤਲਬ ਕਰਨਾਟਕਾ ਕਾਫੀ ਦੂਰ ਸਟੇਟ ਪੈ ਜਾਂਦੀ ਆ ਤੇ ਮਾਂ ਬਾਪ ਲਈ ਜਾਣਾ ਵੀ ਔਖਾ ਸੀ ਤੁਹਾਡੇ ਭਰਾਤਾ ਪਹਿਲਾਂ ਹੀ ਚੀ ਦੋ ਚੁੱਕੇ ਸਨ ਤੇ ਪਰਵਾਰ ਨੂੰ ਤੇ ਬੜੀ ਅਖਾਈ ਹੁੰਦੀ ਹੋਗੀ ਉੱਥੇ ਜਾਣ ਲਈ ਕੋਈ ਮਿਲਣ ਗਿਲਣਾ ਆਉਂਦਾ ਸੀ ਤੁਹਾਨੂੰ ਜਾਨੀ 6 ਸਾਲ ਉੱਥੇ ਕਰਨਾਟਕ ਤੇ ਕੋਈ ਨਹੀਂ ਗਿਆ ਜੀ ਅੱਛਾ ਕਰਨਾਟਕ ਤੇ ਮੈਂ ਮਨਾ ਕਰਦਾ ਮਾਤਾ ਪਿਤਾ ਸੀਗੇ ਤੇ ਏਡੀ ਦੂਰ ਹੋਂ ਦਾ ਤੇ ਪੰਜਾਬੀ ਹਿੰਦੀ ਵੀ ਨਹੀਂ ਬੋਲਣੀ ਆਉਂਦੀ ਤੇ ਉਧਰ ਤੇ ਪਾਸਾ ਹੀ ਹੋਰ ਆ ਤੇ ਇਧਰ ਆ ਕੇ ਕਿੱਥੇ ਪਰੇਸ਼ਾਨ ਹੋਣਗੇ ਤੇ ਉਹ ਵਾਹਿਗੁਰੂ ਦਾ ਭਾਣਾ ਮੰਨ ਕੇ ਤੇ ਉੱਥੇ ਗੁਜ਼ਾਰਾ ਕਰਦੇ ਰਹੇ ਆ ਮੈਂ ਜੇਲ੍ਹ ਦੇ ਵਿੱਚ ਕੋਰਟ ਤੋਂ ਆਪਣਾ ਮਿਲਕ ਬ੍ਰੈਡ ਦਾ ਆਰਡਰ ਕਰਾ ਰੱਖਿਆ ਸੀ ਹਾਂ ਤੋ ਮੈਂ ਬ੍ਰੈਡ ਤੇ ਮਿਲਕ ਜਿਹੜਾ ਉਹ ਆਪਣਾ 30 ਰੁਪਏ ਦੂਜੇ ਨੂੰ ਦੇ ਦਿੰਦਾ ਕਿਉਂ ਬ੍ਰੈਡ ਸਰਦਾਰ ਤੇ ਰੋਜ਼-ਰੋਜ਼ ਖਾ ਨਹੀਂ ਸਕਦਾ ਹਾਂ ਉਹ ਦੂਜੇ ਨੂੰ ਦੇ ਦਿੰਦਾ ਏ ਉਹ ਤੋਂ ਜਿਹੜੇ ਪੈਸੇ ਮਿਲਦੇ ਉਹਦੇ ਬਦਲੇ ਮੈਂ ਆਪਣਾ ਗੁਜ਼ਾਰਾ ਸਿੰਘ ਖਰੀਦ ਕੇ ਤੇ ਆਪਣੀ ਰੋਟੀ ਆਪ ਬਣਾਉਗਾ ਆਪਣਾ ਲੰਗਰ ਆਪ ਤਿਆਰ ਕਰਕੇ ਸਕਦਾ ਸੀ ਇਦਾਂ ਮੈਂ ਟਾਈਮ ਆਪਣਾ ਜਿਹੜਾ ਨਗਾਇਆ ਠੀਕ ਹੈ ਦੇ ਕਿਵੇਂ ਫਿਰ ਤੁਹਾਡਾ ਜਿੱਦਾਂ ਸੰਪਰਕ ਕਿਹਦੇ ਨਾਲ ਹੋਇਆ ਜਾਂ ਕਦੋਂ ਤੋਂ ਫਿਰ ਤੁਹਾਡੀ ਪੈਰਪਾਈ ਹੋਣੀ ਸ਼ੁਰੂ ਦੋ 002 ਦੇ ਵਿੱਚ ਮੈਂ ਕਰਨਾਟਕ ਤੋਂ ਸਜ਼ਾ ਜਦੋਂ ਹੋ ਗਈ ਕਰਨਾਟਕ ਤੋਂ ਹੀ ਹਾਂ ਤੇ ਦਿੱਲੀ ਗਿਆ ਤੇ ਸਭ ਤੋਂ ਪਹਿਲਾਂ ਉੱਥੇ ਭਾਈ ਬਲਬੀਰ ਸਿੰਘ ਬੈਸ ਸੀਗੇ ਹਾਂ ਇੰਗਲੈਂਡ ਵਾਲੇ ਜੇਲ੍ਹ ਦੇ ਤੇ ਹਾਂਜੀ ਜੋ ਅੱਜ ਕੱਲ ਜਿੰਨਾ ਜੋ ਮਤਲਬ ਸੇਖਰ ਲੀਫੰਡ ਜੁਕੇ ਦੇ ਨਾਂ ਨਾਲ ਜਾਣੇ ਜਾਂਦੇ ਨੇ ਹਾਂਜੀ ਤੇ ਉਹਨਾਂ ਨਾਲ ਸਾਡੇ ਵਿਚਾਰ ਸਾਂਝੇ ਹੋਏ ਉੱਥੇ ਠੀਕ ਅਸੀਂ ਰੋਸ ਹੀ ਪ੍ਰਗਟ ਕੀਤਾ ਬਈ ਇੰਦਾ ਪੈਰਪਾਈ ਹੋਣੀ ਸਾਡੇ ਕੇਸ ਦੀ ਪੈਰਪਾਈ ਨਹੀਂ ਹੋਈ ਕਿਸ ਨੇ ਸਾਡੀ ਸਾਰ ਨਹੀਂ ਲਈ ਠੀਕ ਜੀ ਉਹਨਾਂ ਫਿਰ ਸਾਨੂੰ ਹਾਸਲ ਇਹ ਟਾਪ ਹੈ ਦੁੰਦਪਾਲ ਸਿੰਘ ਪੁੱਲਰ ਵੀ ਉਹਨਾਂ ਨਾਲ ਮਿਲੇ ਉਹ ਉੱਥੇ ਠੀਕ ਉਹਨਾਂ ਨੂੰ ਸਾਨੂੰ ਪਾਈ ਦੁੰਦਪਾਲ ਸਿੰਘ ਪੁੱਲਰ ਵੀ ਸਾਨੂੰ ਨਾਲ ਸੰਯੋਗ ਕਰਦੇ ਰਹੇ ਹਾਂਜੀ ਉਹ ਵੀ ਜੇ ਆਪਣੀ ਮੁਲਾਕਾਤ ਤੇ 500 ਕੋਪਨ ਫੜਦੇ ਸੀ ਤੇ 300 ਸਾਨੂੰ ਦਿੰਦੇ 200 ਰੱਖਦੇ ਸੀ ਆਪਣੀ ਖਰਚੇ ਵਾਸਤੇ ਠੀਕ ਹੈ ਮਤਲਬ ਸਾਨੂੰ ਜਿਆਦਾ ਦਿੰਦੇ ਸੀ ਆਪਣੇ ਨਾਲ 100 ਰੁਪਿਆ ਵਾਧੇ ਦਿੰਦੇ ਸੀ ਹਾਂ ਉਹਨਾਂ ਫਿਰ ਬਾਈਬਲ ਵੀਰ ਸਿੰਘ ਬੈਸ ਜੀ ਨੇ ਉਧਰ ਜਾ ਕੇ ਬਾਹਰ ਜਾ ਕੇ ਫਿਰ ਉਹਨੇ ਸਾਡੇ ਹੀ ਨਿਕਲੇ ਹੋਰ ਵੀ ਜਿਹੜੇ ਸਿੰਘ ਸੀ ਜੇਲ੍ਹ ਦੇ ਠੀਕ ਹੈ ਉਹਨਾਂ ਵਾਸਤੇ ਉਹਨਾਂ ਮਤਲਬ ਪਹਿਲਾਂ 2-2000 ਰੁਪਏ ਮਹੀਨਾ ਫਿਰ 5-5000 ਰੁਪਏ ਮਹੀਨਾ ਕੀਤਾ ਠੀਕ ਬਾਅਦ ਚ ਪਰਿਵਾਰਾਂ ਦੀ ਵੀ ਸਾਰ ਲੈਣ ਲੱਗੇ ਘਰ ਚ ਛੋਟੀਆਂ ਮੋਟੀਆਂ ਜਿਹ ਜ਼ਰੂਰਤਾਂ ਹੂੰ ਤੇ ਉਹ ਸਾਲ 16000 ਰੁਪਏ ਸਾਡਾ ਜੁਰਮਾਨਾ ਸੀ ਉਧਰ ਠੀਕ ਹੈ ਕਰਨਾਟਕ ਠੀਕ ਹੈ ਸਟੇਟ ਤੇ ਉਹ ਜੇ ਨਾ ਭਰੇ ਜਾਂਦਾ ਤੇ 7 ਸਾਲ ਹੋਰ ਕੱਟਣੇ ਸੀ ਹੂੰ ਉਹ ਵੀ ਉਹ ਭਰ ਕੇ ਗਏ ਫਿਰ ਬਾਅਦ ਚ 3.5 ਲੱਖ ਦਿੱਲੀ ਹੀ ਉਹ ਵੀ ਉਹਨਾਂ ਮਤਲਬ ਉਹਲਾ ਸਾਹਿਬ ਨੇ ਤੋਂ ਉਹਨਾਂ ਨਾਲ ਮਿਲ ਕੇ ਪਰਵਾਇਆ ਸੀ ਹਾਂਜੀ ਤੇ ਉਹਨਾਂ ਕੀਤੇ ਦੂਜੇ ਨੰਬਰ ਤੇ ਫਿਰ ਸਾਡੀ ਇਹ ਕਸ ਨੇ ਮਤ ਦਿੱਤੀ ਹੈ ਹਾਂ ਤੇ ਉਹ ਆਪਣਾ ਪਾਜ ਜਸਵੀਰ ਸਿੰਘ ਰੋਡੇ ਉਹ ਕਥਾ ਕਰ ਰਹੀ ਬੰਗਲਾ ਸਾਹਿਬ ਗੁਰਦੁਆਰੇ ਹਾਂ ਤੋ ਟੀਵੀ ਚੈਨਲ ਤੋ ਅਹੀ ਨੰਬਰ ਨੋਟ ਕੀਤਾ ਹਾਂਜੀ ਤੋ ਫਿਰ ਉੱਥੇ ਐਸਟੀਟੀ ਦਾ ਐਸਟੀਟੀ ਤੋ ਫੋਨ ਕਰਨ ਦੀ ਇਜਾਜ਼ਤ ਹੁੰਦੀ ਕਾਰਟ ਤੇ ਕਿਤੇ ਦੋ ਫੋਨ ਦੋ ਨੰਬਰਾਂ ਤੇ ਕਰ ਸਕਦੇ ਹੋ ਹਾਂਜੀ ਤੇ ਪਰ ਉਹ ਜੇਲ ਦੇ ਹਿਸਾਬ ਨਾਲ ਚਲ ਚੁਲ ਜਾਂਦਾ ਹੈ ਹਾਂ ਤੇ ਉਹ ਕੈਦੀ ਹੁੰਦੇ ਆਪਸ ਵਿੱਚ ਗੱਲ ਕਰਾਉਣ ਵਾਲੇ ਉਹਨੂੰ ਕਰਕੇ ਵੀ ਆ ਨੰਬਰ ਲਾ ਕੇ ਦੇਈ ਪਾਈ ਤੇ ਉਹ ਗੱਲ ਕਰੇ ਉਹਨਾਂ ਨਾਲ ਗੱਲ ਕੀਤੀ ਹੈ ਜੇ ਸਿੰਘ ਸਾਹਿਬ ਪਾ ਜਸਵੀਰ ਸਿੰਘ ਰੋਡੇ ਨਾਲ ਤੁਹਾਡੀ ਕਦਮ ਮੁਲਾਕਾਤ ਹੋਈ ਹਾਂ ਮਤਲਬ ਟੈਲੀਫੋਨ ਤੇ ਜਾਂ ਚਿੱਠੀ ਦੇ ਹਾਂਜੀ ਇਹ 2012 ਚ 2012 ਹਾਂਜੀ ਉਦੋਂ ਤੋਂ ਲੈ ਕੇ ਲਗਾਤਾਰ ਸੰਪਰਕ ਚ ਰਹਿ ਹਾਂਜੀ ਇਹਨਾਂ ਮਤਲਬ ਵਿੱਚ ਵਿੱਚ ਕਰ ਦਿੰਦੇ ਜਿੱਦਾਂ ਵੀ ਜੇਲ੍ਹਾਂ ਦੇ ਵਿੱਚ ਤੁਹਾਨੂੰ ਪਤਾ ਵੀ ਕਈ ਵਾਰ ਪਰੇਸ਼ਾਨੀਆਂ ਹੁੰਦੀਆਂ ਹਾਂ ਤੇ ਵਿੱਚ ਇਸ ਪਰ ਕਰਦੇ ਰਹੇ ਫਿਰ ਨਾਲ ਆਪਣੇ ਹਿਸਾਬ ਨਾਲ ਮੰਯਾਦਰ ਹਾ ਮੰਯਾਦਰ ਵੀ ਇੱਕ ਦੋ ਵਾਰਾਂ ਭੇਜੇ ਫਿਰ ਪਿਤਾ ਜੀ ਨੂੰ ਵੀ ਕੋਈ ਸੰਤਾਂ ਮਹਾਂਪੁਰਸਾਂ ਦੀ ਵਰਸੀ ਮਨਾਇ ਸੀ ਨਾ ਜਾਂ ਜਨਮ ਦਿਨ ਕੋਈ ਮਨਾਇਆ ਸੀ ਪਿੰਡ ਰੋਡੇ ਵੇਖੇ ਹਾਂਜੀ ਤਾਂ ਉੱਥੇ ਪਿਤਾ ਜੀ ਨੇ ਉਹ ਘਰੋਂ ਆ ਕੇ ਲੈ ਕੇ ਜਾ ਕੇ ਸਨਮਾਨਤ ਕੀਤਾ ਸੀਗਾ ਠੀਕ ਹੈ ਤਾਂ ਇਸ ਸਨਮਾਨਤ ਕਰਨ ਦੇ ਬਾਅਦ ਨਹੀਂ ਮਤਲ ਜਿਹੜਾ ਉਹ ਵੀ ਹੈਲਪ ਕੀਤੀ ਕੁਝ ਵੀ ਜੋ ਵੀ ਕੀਤੀ ਹੋਰ ਇੱਕ ਇਹ ਤੋਂ ਇਲਾਵਾ ਵੰਗਾਰ ਮੈਗਰੀਨ ਇੱਕ ਤੇ ਉਹਨਾਂ ਦੇ ਥਰੂ ਜਿਹੜਾ ਹੈ ਮਤਲ ਕੁਝ ਗੁਰ ਸਖਾਂ ਨੇ ਹੀ ਨਾ ਨਹੀਂ ਜਿੰਨਾ ਜੀ ਜਾਣਦੇ ਠੀਕ ਹੈ ਉਹਨਾਂ ਨੇ ਵੀ ਉਹਨਾਂ ਦੇ ਥਰੂ ਵੀ ਕੁਝ ਸੇਵਾ 5000 ਕੇ ਹੁੰਦੇ 10000 ਇਦਾਂ ਥੋੜਾ ਥੋੜਾ ਕਰਦੇ ਰਹੇ ਹਾਂਜੀ ਤੇ ਉਹਦੇ ਨਾਲ ਫਿਰ ਮਾਤਾ ਪਿਤਾ ਦੇ ਸਰ ਖਰਚਾ ਪਾਣੀ ਜਿਹੜਾ ਥੋੜਾ ਚੱਲਦਾ ਰਿਹਾ ਤੇ ਸਾਡੇ ਅੰਦਰ ਹੁਣ ਇੱਥੇ ਜਦੋਂ ਦੇ ਅਸੀਂ ਇੱਥੇ ਇਹ ਜ਼ਿਲ੍ਹੇ ਉਦੋਂ ਬਾਅਦ ਵੀ ਜਸਵੀਰ ਸਿੰਘ ਰੋਡੇ ਨੇ ਹਾਂਜੀ ਆਪਣਾ ਆਪਣਾ ਦੋ ਵਾਰ ਸਾਨੂੰ 15000 18000 ਇਦਾਂ ਕਰਕੇ ਮਾਇਤ ਕੀਤੀ ਹਾਂਜੀ ਮਾਇਤ ਕੀਤੀ ਹੈ ਔਰ ਭਾਈ ਬਲਬੀਰ ਸਿੰਘ ਬੈਸ ਜੋ ਤੇ ਕਰ ਲਈ ਫੰਡ ਯੂਕੇ ਵਾਲੇ ਆ ਉਹ 10000 ਰੁਪਏ ਪੱਕਾ ਮਹੀਨਾ ਸਾਡਾ ਲੈ ਰੱਖਿਆ ਉਹਨਾਂ ਨੇ ਠੀਕ ਹੈ ਹਾਂਜੀ ਉਹ ਮਹੀਨਾ ਤੇ ਆਪਣੇ ਗਰਦੀਪ ਸਿੰਘ ਜਿੱਦਾਂ ਹੁਣ ਆਪਾਂ ਆਉਨੇ ਆ ਤੁਹਾਡੀ ਰਿਹਾਈ ਜਿਹੜੀ ਪੈ ਰੋਲ ਤੇ ਹੋਈ ਆ ਇਸ ਤੋਂ ਪਹਿਲਾਂ ਇੱਕ ਜਿੱਦਾਂ ਬਫਦ ਇੰਗਲੈਂਡ ਤੋਂ ਆਇਆ ਸੀ ਇੰਟਰਨੈਸ਼ਨਲ ਪੰਥ ਕੇ ਦਲ ਦਾ ਹਾਂਜੀ ਉਹਨਾਂ ਨੇ ਮੁਲਾਕਾਤ ਕੀਤੀ ਸੀ ਸਰਕਾਰ ਦੇ ਨਾਲ ਹਾਂਜੀ ਇਹ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲਾ ਜਿਲੇ ਉਪ ਮੁੱਖ ਮੰਤਰੀ ਆ ਹਾਂਜੀ ਤੇ ਜਦੋਂ ਉਹਨਾਂ ਨੇ ਮੁਲਾਕਾਤ ਕੀਤੀ ਆ ਕੁਝ ਲੋਕਾਂ ਨੇ ਇਤਰਾਜ਼ ਕੀਤਾ ਕਿ ਤੁਸੀਂ ਇਹ ਏਰੀਆ ਜਿਹੜੀਆਂ ਬਾਹਰ ਬੈਠੇ ਸਖਿਆ ਬੇ ਨਹੀਂ ਜਾਣਾ ਚਾਹੀਦਾ ਸਰਕਾਰ ਕੋ ਗੱਲ ਨਹੀਂ ਕਰਨੀ ਚਾਹੀਦੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਬਈ ਉਹ ਮੁਲਾਕਾਤ ਦਾ ਕੋਈ ਅਸਰ ਪਿਆ ਨਹੀਂ ਕਹਿੰਦਾ ਜੀ ਇਹ ਰੋਕਾਂ ਨਹੀਂ ਲਾਉਣੇ ਚਾਹੀਦੇ ਵੀ ਨਹੀਂ ਜਾਣਾ ਚਾਹੀਦਾ ਕਿਉਂ ਨਹੀਂ ਦੇਖੋ ਗੁਰੂ ਮਹਾਰਾਜ ਦੇ ਟਾਈਮ ਹੀ ਵੱਡੇ ਵੱਡੇ ਚੀਜ਼ ਤੇ ਉਹਨਾਂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਿੱਧੀ ਪਾਈ ਸੀ। ਹਾਂਜੀ। ਜਹਾਂਗੀਰ ਮੁਸਲਮਾਨ ਬਾਦਸ਼ਾਹ ਦਾ ਕਾਰਨ ਸਿੱਧੀ ਪ੍ਰਾਪਤ ਹੋਈ ਉਹਨਾਂ। ਠੀਕ ਹੈ। ਤੇ ਉਦੋਂ ਬਾਅਦ ਵੀ ਹਰਗੋਬਿੰਦ ਸਾਹਿਬ ਨੂੰ ਕਿਲੇ ਦੇ ਵਿੱਚ ਰੱਖਿਆ ਗਿਆ ਗਵਾਲੀਅਰ। ਹਾਂਜੀ। ਉਹਦੇ باوجود ਵੀ ਉਹਨਾਂ ਦੀ ਬਾਅਦ ਚ ਦੋਸਤੀ ਆਈ ਹੈ। ਜਹਾਂਗੀਰ ਹਰਗੋਬਿੰਦ ਸਾਹਿਬ ਜੀ ਨਾਲ ਅੰਬਰਸਰ ਤੱਕ ਆਇਆ ਵਾ। ਸਫ਼ਰ ਕਰਦਾ। ਹਾਂਜੀ। ਤੇ ਉਹਨਾਂ ਦੀ ਸਕਾਰ ਖੇਡਦੇ ਸਾਂ ਮਾਂ ਜਾਨ ਵੀ ਬਚਾਈ ਜਾਂ ਕਿਤੇ ਨਾਲ ਤੇ ਕੋਈ ਵੀ ਗੱਲ ਜਿਹੜੀ ਗੱਲ ਤੇ ਸਮਝੌਤਾ ਨਹੀਂ ਹੁੰਦੀ ਆ ਤੇ ਜੇ ਕੋਈ ਸਿੰਘ ਅਪਰਾਲਾ ਕਰਕੇ ਇਹ ਗੱਲ ਚਾਹੁੰਦਾ ਵਾ ਵੀ ਹਾਂ ਵੀ ਫੋਸਲ ਕਰਦਾ ਉਹਨਾਂ ਦੇ ਅਪਰਾਲਾ ਕਰਨਾ ਕਿਸੇ ਗਵਰਨਮੈਂਟ ਨਾਲ ਗੱਲ ਕਰਨ ਨਾਲ ਜੇ ਸਿੰਘਾਂ ਦੀਆਂ ਰਹਿਗੀਆਂ ਹੋ ਸਕਦੀਆਂ ਤਾਂ ਚ ਕਿਸੇ ਨੂੰ ਇਤਰਾਜ਼ ਨਹੀਂ ਕਰਨਾ ਚਾਹੀਦਾ ਤੇ ਕਿਉਂਕਿ ਹੱਲੇ ਜਿੱਦਾਂ ਹੁਣ ਤੁਹਾਡੀ ਪ੍ਰੋਲ ਹੋਈ ਆ ਦਵਿੰਦਰਪਾਲ ਸਿੰਘ ਭੁੱਲਰ ਦੀ ਹੋਈ ਆ ਇਹਦੇ ਵਿੱਚ ਬਹੁਤ ਆਏ ਬਫਦ ਨੇ ਤੇ ਬਾਕੀ ਹੋਰ ਜਥੇਬੰਦੀਆਂ ਜਿਨ੍ਹਾਂ ਨੇ ਪਹਿਲਾਂ ਵੀ ਸੰਘਰਸ਼ ਕੀਤੇ ਆ ਉਹਨਾਂ ਨੇ ਵੀ ਆਪਣਾ ਆਪਣੀ ਤਰੀਕੇ ਨਾਲ ਯੋਗਦਾਨ ਪਾਇਆ ਤੇ ਹੱਲੇ ਹੋਰ ਵੀ ਬਹੁਤ ਸੰਗ ਰਹਿੰਦੇ ਉਹਨਾਂ ਨੇ ਵੀ ਅਪਰਾਲੇ ਕਰਨੇ ਆ ਤੁਸੀਂ ਬਾਹਰ ਬੈਠੀਆਂ ਜਥੇਬੰਦੀਆਂ ਨੂੰ ਵੀ ਕੋਈ ਸਨੇਹਾ ਦੇਣਾ ਚਾਹੁੰਦੇ ਕਿ ਉਹ ਇਹੋ ਜਿਹਾ ਜਿੱਦਾਂ ਕਿਉਂਕਿ ਅੱਜਕੱਲ ਜੁਗ ਵਿਚਾਰਦਾ ਆ ਇਹ ਸਾਨੂੰ ਵਿਰੋਧ ਦੇ ਦੀ ਬਜਾਏ ਸਾਨੂੰ ਸਾਥ ਦੇਣਾ ਚਾਹੀਦਾ ਜਾਂ ਨਹੀਂ ਅਸੀਂ ਇਹ ਗੱਲ ਕਹਿੰਦੇ ਆ ਜੀ ਬਾਹਰ ਚ ਬੈਠਿਆਂ ਦੇਸਾਂ ਦੇਸਾਂ ਦੀਆਂ ਸਾਰੀਆਂ ਸੰਗਤਾਂ ਨੂੰ ਇਹ ਹੱਥ ਜੋੜ ਕੇ ਅਪੀਲ ਬੇਨਤੀ ਕਰਦੇ ਆਂ ਵੀ ਜਿੱਥੋਂ ਤੱਕ ਸਿੱਕਾਂ ਦਾ ਮਸਲਾ ਹੈ ਕਿ ਜੇ ਸਿੰਘ ਅੰਦਰ ਜਿਹੜੇ ਜੇਲ੍ਹ ਸਿੰਘ ਰਹਿੰਦੇ ਉਹ ਉਹਨਾਂ ਨੂੰ ਪਤਾ ਹੁੰਦਾ ਕਿ ਕਿਦਾਂ ਸੈਮ ਟਾਈਮ ਆਪਣਾ ਕੱਟਦੇ ਨੇ ਔਰ ਇੰਨਾ ਇੰਨਾ ਸਾਰਾ ਟਾਈਮ ਜਿੱਦਾਂ ਵੇਖੋ ਪ੍ਰੋਫੈਸਰ ਗੁਰਿੰਦਰਪਾਲ ਸਿੰਘ ਭੁੱਲਰ ਪੜ੍ਹੇ ਲਿਖੇ ਹੋਣ ਦੇ ਕਾਰਨ ਵੀ ਤੇ ਫਿਰ ਵੇਖੋ ਉਹਨਾਂ ਦਾ ਕਿ ਮਾਨਸੂਤ ਤੁਲਣ ਜਿਹੜਾ ਆ ਜਾ ਚੁੱਕਾ ਸਤਿਗੁਰ ਦੇ ਅਕਾਲ ਪੁਰਖ ਦੇ ਬਹੁਤ ਧੰਨਵਾਦੀ ਆਂ ਪੈ ਇੰਨਾ ਸਮਾਂ ਕੱਟ ਕੇ ਅਸੀਂ ਬਾਣੀ ਬਾਣਿਆ ਜੁੜ ਕੇ ਚੱਲੋ ਆਪਣੇ ਆਪ ਨੂੰ ਬਚਾ ਕੇ ਰੱਖ ਸਕੀਏ ਆਪਣੇ ਸਰੀਰ ਨੂੰ ਹੀ ਆਤਮਿਕ ਤੌਰ ਤੇ ਵੀ ਉਹ ਸਰੀਰ ਤੌਰ ਤੇ ਵੀ ਤਹੀਂ ਉਹਨਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੇ ਸਾਰੀਆਂ ਜਥੇਬੰਦੀਆਂ ਨੂੰ ਕਿ ਜੋ ਵੀ ਇਸ ਬਾਰੇ ਜ਼ੋਰ ਲਾ ਰਹੇ ਆ ਅਪਰਾਲੇ ਕਰ ਰਹੇ ਆ ਉਹਨਾਂ ਨੂੰ ਇੱਕ 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 ਮੁੱਠ ਹੋ ਕੇ ਇੱਕ ਦੂਜੇ ਦਾ ਸੰਯੋਗ ਕਰਨਾ ਚਾਹੀਦਾ ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣਾ ਤੇ ਉਹ ਸੰਯੋਗ ਕਰਕੇ ਇਕੱਠੇ ਹੋ ਕੇ ਹਮਲਾ ਮਾਰਨਾ ਸਰਕਾਰਾਂ ਤੇ ਪ੍ਰਭਾਵ ਪਾਉਣਾ ਤੇ ਸਰਕਾਰਾਂ ਨਾਲ ਗੱਲ ਕਰਕੇ ਤੇ ਆਪਣਾ ਸੰਗਾਂਧੀਆਂ ਰਹਿਗੀਆਂ ਕਰਾ ਕੇ ਤੇ ਉਹਨਾਂ ਨੂੰ ਘਰਾਂ ਲੈ ਆਉਣਾ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਸੰਤ ਜਨਰਲ ਸਿੰਘ ਦੀ ਖਾਲਸਾ ਪਿੰਡਾਂ ਵਾਲਿਆਂ ਨੇ ਧਰਮ ਯੁੱਧ ਮੋਰਚਾ ਜਾਂ ਨਿਰੰਕਾਰੀਆਂ ਦਾ ਕਾਂਡ ਦੇਹਦਾਰੀ ਗੁਰੂ ਦਮ ਜਾਂ ਪੰਥ ਵਾਸਤੇ ਤੁਸੀਂ ਇੱਧਰ ਆਏ ਹਾਂ ਤੇ 1984 ਦੇ ਸਾਕੇ ਤੋਂ ਬਾਅਦ ਖਾਸ ਤੌਰ ਤੇ ਪੰਜਾਬ ਦੇ ਵਿੱਚ ਬਹੁਤ ਮਤਲਬ ਉਸ ਵੇਲੇ ਜ਼ੁਲਮ ਹੋ ਰਿਹਾ ਸੀਗਾ ਤੇ ਬਾਬਾ ਜਗਿੰਦਰ ਸਿੰਘ ਜੀ ਉਸ ਵੇਲੇ ਅੱਗੇ ਆਏ ਸੀ ਉਹਨਾਂ ਨਾਲ ਵੀ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹਾਂਜੀ ਉਹਨਾਂ ਨੇ ਪੂਰਾ ਸਾਦਤਾ ਕਿਉਂਕਿ ਸਾਨੂੰ ਹੋਰ ਕੋਈ ਗੱਲ ਨਹੀਂ ਸਾਨੂੰ ਤਾਂ ਇੱਕੋ ਪਤਾ ਸੀ ਕਿ ਸੰਤ ਬਾਬਾ ਜਨਰਲ ਸਿੰਘ ਸਾਹਿਬ ਪਿੰਡਾਂ ਵਾਲਿਆਂ ਦੇ ਪਿਤਾ ਜੀ ਨੇ ਹਾਂਜੀ ਤੇ ਉਹਨਾਂ ਤੋਂ ਬਾਅਦ ਫੇ ਇਹਨਾਂ ਨੂੰ ਪੂਰਾ ਸਾਥ ਦਿੱਤਾ ਹਰ ਤਰ੍ਹਾਂ ਹਾਂਜੀ ਜਿੱਥੇ ਵੀ ਧਰਨੇ ਦੇਣੇ ਪਏ ਜਿੱਥੇ ਵੀ ਜਾਣਾ ਪਿਆ ਸਟੇਜਾਂ ਤੇ ਨਾਲ ਵੱਧ ਚੜ ਕੇ ਸੰਗਤਾਂ ਨੂੰ ਮਤਲਬ ਤੇ ਅੱਜ 25 ਸਾਲ 6 ਮਹੀਨੇ ਤੋਂ ਬਾਅਦ ਤੁਸੀਂ ਰਿਹਾ ਹੋ ਕੇ ਆਏ ਹਾਂ ਤੇ ਜਦਾਂ ਇਹ ਵੀ ਪਰਿਵਾਰ ਤੋਂ ਪਤਾ ਲੱਗਾ ਤੁਹਾਡੇ ਮਾਤਾ ਪਿਤਾ ਦੀ ਇਹ ਚਾਹਨਾ ਆ ਕਿ ਮੈਂ ਪਰਮਾਤਮਾ ਤੁਹਾਨੂੰ ਪੱਕੀ ਰਿਹਾਈ ਕਰੇ ਤੇ ਤੁਹਾਡਾ ਵੀ ਘਰ ਬਸੇ ਤੇ ਤੁਸੀਂ ਪਰਿਵਾਰ ਵਾਲੇ ਹੋਵੋ ਤੇ ਗਾਂ ਘੁੱਲ ਵਧੇ ਤੁਸੀਂ ਕੀ ਸੋਚਦੇ ਹਾਂਜੀ ਵੇਖੋ ਸਾਡੇ ਹੱਲੇ ਭਾਂਚੇ ਕੋਈ ਤਮੰਨਾ ਨਹੀਂ ਆ ਤੇ ਪਰ ਹੁਣ ਵੇਖੋ ਮਾਤਾ ਪਿਤਾ ਤੇ ਹ ਚਾਹੁੰਦਾ ਹੀ ਹੈ ਨਾ ਉਹਨਾਂ ਨੇ ਇਹ ਵੀ ਕੋਈ ਸਹਾਰਾ ਰਵੇ ਸਾਡਾ ਖਾਨਦਾਨ ਇਹ ਕਿ ਚੱਲੇ ਬਾਅਦ ਉਹਹੀਂ ਵੇਹ ਗੱਲ ਤੋਂ ਚਾਹੀਏ ਕਿਉਂਕਿ ਤੋ ਵੇਖੋ ਮੈਂ ਇੱਕ ਧਾਰਮਿਕ ਵਤੀ ਹੋਣ ਦੇ ਨਾਤੇ ਅਜੇ ਚਲੋ ਵੀ ਇਹਨਾਂ ਚੀਜ਼ਾਂ ਚਾਹੇ ਨਾ ਵਿਚਾਰਾਂ ਤੇ ਹਰ ਜਿਹੇ ਪਿੰਡਾਂ ਦੇ ਪੁਰਾਣੇ ਰਿਵਾਜ ਆ ਵੱਡਾ ਕਰਨਾ ਜਾਂ ਉਹ ਕਰਨਾ ਜਿੱਦੋਂ ਸਾਰੇ ਹਰ ਕੋਈ ਸੋਚਦਾ ਵੀ ਜੇ ਪੋਤੇ ਪੁੱਤੀਆਂ ਹੁਣ ਤੇ ਤਾਂ ਹੀ ਬੰਦੇ ਨੂੰ ਮਰਨ ਤੋਂ ਬਾਅਦ ਵੱਡਾ ਕੀਤਾ ਜਾਂਦਾ ਪਕਾਨੇ ਵਗੈਰਾ ਲਾਏ ਜਾਂਦੇ ਇਹੋ ਜੀ ਸੋਚ ਹੁੰਦੀ ਹੈ ਤੇ ਮਾਤਾ ਪਿਤਾ ਦੀ ਸੋਚ ਹੈਗੀ ਆ ਤੇ ਉਹ ਉਹ ਹੀ ਚਾਹੁੰਦੇ ਆ ਜੇ ਪੱਕੀ ਰਿਹਾਈ ਹੋਵੇ ਹਾਂਜੀ ਤੇ ਉਦੋਂ ਇਹ ਕੰਮ ਪੱਕੀ ਰਿਹਾਈ ਤੋਂ ਹੁਣ ਤੋਂ ਬਾਅਦ ਆ ਕੇ ਹੋ ਸਕਦਾ ਐਦਾਂ ਵਿੱਚ ਉਹ ਸਾਲੇ ਤੁਹਾਨੂੰ ਪਤਾ ਕਿਹੜਾ ਲੜਕੀ ਦਾ ਕਾਉਂਟ ਰਿਸ਼ਤਾ ਕਰਦਾ ਹਰ ਕੋਈ ਸੋਚਦਾ ਵੀ ਇਹਨੇ ਫੇਰ ਜੇਲ੍ਹ ਚ ਜਾਣਾ ਕੀ ਹੋਊਗੀ ਨਹੀਂ ਠੀਕ ਹੈ ਤੇ ਪੱਕੀ ਉਹਨਾਂ ਦੀ ਆਸ ਹੈ ਵੀ ਹਾਂ ਜਿੱਦਾਂ ਸਾਡੇ ਪੁੱਤ ਦੀ ਪਰੋਲ ਹੋਈ ਆ ਐਦਾਂ ਪੱਕੀ ਰਿਹਾਈ ਹੋ ਕੇ ਆਵੇ ਤੇ ਅਸੀਂ ਇਹਦਾ ਘਰ ਵਸਾਈਏ ਹਾਂਜੀ ਤੇ ਅੱਗੇ ਸਾਡੇ ਵੀ ਪੋਤੇ ਪੁੱਤੀ ਲੋਕਾਂ ਦੇ ਘਰਾਂ ਨੂੰ ਸਾਡੇ ਘਰ ਵੀ ਖੇਡਣ ਠੀਕ ਹੈ ਗੁਰਦੀਪ ਸਿੰਘ ਜੀ ਜਿੱਦਾਂ ਹੁਣ ਅਕਾਲ ਚੈਨ ਲੈ ਜਿਹੜਾ ਪੂਰੇ 106 ਮੌਲਕਾਂ ਉਹ ਐਕਸੋਸ਼ੀਮਲ ਕੰਚੇ ਆ ਬਾਤ ਜਾਂਦੀ ਆ ਆਪਣਾ ਪ੍ਰੋਗਰਾਮ ਪੂਰੀ ਦੁਨੀਆ 'ਚ ਜਾਣਾ ਆ ਬਾਹਰ ਬਿਠੇ ਸਿੱਖਿਆ ਉਹਨਾਂ ਨੂੰ ਕਿਉਂਕਿ ਪੰਜਾਬ ਦਾ ਤੇ ਬਾਹਰ ਬਿਠੇ ਸਿੱਖਾਂ ਦਾ ਆਪਸੀ ਜਿਹੜਾ ਮਤਲਬ ਕਿੰਨੇ ਸਾਂਝ ਸਾਂਝਦਾ ਹੈਗੀ ਆ ਪਰ ਉਹ ਬਾਹਰ ਬਿਠੇ ਸਿੱਖ ਇਦਾਂ ਸੋਚਦੇ ਆ ਕਿ ਸਾਨੂੰ ਪੰਜਾਬ ਦੇ ਵਿੱਚ ਜਿਹੜਾ ਕਿਸੇ ਨਾਲ ਗੱਲ ਹੀ ਨਹੀਂ ਕਰਨੀ ਚਾਹੀਦੀ ਕਿਸੇ ਦੇ ਨਾਲ ਸਾਂਝ ਹੀ ਨਹੀਂ ਪਾਉਣੀ ਚਾਹੀਦੀ ਇਹ ਆਪਣੇ ਤੌਰ ਤੇ ਆਪਣੇ ਬਲਬੂਤੇ ਤੇ ਅਸੀਂ ਸਾਰੀਆਂ ਪ੍ਰਾਪਤੀਆਂ ਕਰ ਸਕਦੇ ਆ ਤੁਸੀਂ ਜੇਲ੍ਹ ਦੇ ਵਿੱਚੋਂ ਆਏ ਆ ਤੁਹਾਨੂੰ ਤੁਹਾਨੂੰ ਹਲੇ ਥੋੜਾ ਚਿਰ ਹੋਇਆ ਜਦੋਂ ਬਾਹਰੋਂ ਮੋਹਾਲ ਦਾ ਪਤ ਉੰਦਰ ਸਾਰੇ ਮਾਹੌਲ ਦਾ ਪਤਾ ਉਹ ਬਾਹਰ ਮਿੱਠੇ ਸਿੱਖਾਂ ਨੂੰ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਜੇ ਅਸੀਂ ਕੋਈ ਪ੍ਰਾਪਤੀ ਕਰਨੀ ਤੇ ਕਿੱਦਾਂ ਕਰ ਸਕਦੇ ਆਂ ਅਸੀਂ ਕਹਿੰਦੇ ਜੀ ਚਾਹੇ ਕੋਈ ਵੀ ਜਥੇਬੰਦੀ ਆ ਚਾਹੇ ਉਹ ਸਰਗਰਮ ਧੜਾ ਹੈ ਚਾਹੇ ਉਹ ਨਰਮ ਧੜਾ ਹੈ ਚਾਹੇ ਮਾਨਵਤਾ ਦਾ ਬੁੱਧੀ ਜੀਵ ਜੋ ਵੀ ਜਿੱਥੇ-ਜਿੱਥੇ ਵੀ ਰਹਿੰਦੇ ਨੇ ਸਿੱਖ ਕੌਮ ਦਾ ਕੋਈ ਵੀ ਜਿਹਦਾ ਜਨਮ ਸਰਦਾਰ ਦੇ ਘਰ ਹੋਇਆ ਸਿੱਖ ਦੇ ਘਰ ਹੋਇਆ ਉਹ ਬਹੁਤ ਵੱਡੇ ਭਾਗਾਂ ਨਾਲ ਕਾਲਪੁਰਖ ਨੇ ਉਹਨਾਂ ਤੇ ਕਿਰਪਾ ਕੀਤੀ ਆ ਚੰਗੀ ਕਿਸਮਤ ਆ ਤਾਂ ਹੀ ਹੋਇਆ ਤਾਂ ਹੀ ਸਾਰਿਆਂ ਨੂੰ ਕਹਿੰਦੇ ਆ ਕਿ ਇਹ ਇੱਕ ਗਲਤੀ ਆ ਅਸੀਂ ਕਿਸ ਦਾ ਨਾਂ ਹੋ ਸਕਦਾ ਜਾਂ ਜਾਣਦੇ ਨਹੀਂ ਜਾਂ ਲੈਣਾ ਨਹੀਂ ਚਾਹੁੰਦੇ ਇਹ ਦਿੱਲੀ ਦੇ ਕੁਝ ਲੀਡਰਾਂ ਨੇ ਪਹਿਲਾਂ ਜਦੋਂ ਤੁਰਨ ਜਲ ਮੋਰਚਾ ਚੱਲਦਾ ਸੀ ਤੇ ਉਦੋਂ ਕੁਝ ਗੱਲਾਂ ਕੀਤੇ ਆ ਵੀ ਅਸੀਂ ਪੰਜਾਬ ਵਾਲੇ ਸਿੱਖਾਂ ਤੋਂ ਕੀ ਲੈਣਾ ਤੇ ਉਹਦੇ ਵਿੱਚ ਫੇ ਉਨ੍ਹਾਂ ਤੋਂ ਠੋਖਾ ਖਾਣਾ ਪਿਆ ਸੀਗਾ ਉਦੋਂ ਉਹਨਾਂ ਸੰਤਾਂ ਮਹਾਂਪੁਰਸ਼ਾਂ ਦਾ ਬਚਨ ਨਹੀਂ ਮੰਨਿਆ ਤੇ ਉਹਨਾਂ ਨੂੰ ਤੇ ਇਸ ਚੀਜ਼ ਦਾ ਠੋਖਾ ਖਾਣਾ ਵੇਖ ਕੇ ਨੇ ਵੀ ਸਿੱਖ ਚਾਹੇ ਜਿੱਥੇ ਵੀ ਆ ਅਸੀਂ ਇੱਕ ਪਿਤਾ ਦੀ ਸੁਣਾਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੱਖ ਸਾਡੇ ਉਹ ਗੁਰੂ ਨੇ ਹਾਂਜੀ ਵਾਹਿਗੁਰੂ ਦੇ ਸਬਨਾ ਸਾਰੇ ਜੁੜੇ ਹੋਏ ਆ ਹਾਂਜੀ ਤੇ ਆਕਾਲ ਪੁਰਖ ਹੀ ਸਾਡਾ ਵਾਰਿਸ ਹੈ ਉਹਦੀ ਸਾਰੀ ਸਤਾਨ ਤੇ ਸਾਨੂੰ ਸਾਰਿਆਂ ਨੇ ਕਦੇ ਵੀ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਪੰਜਾਬ ਵਾਲਿਆਂ ਤੋਂ ਕੁਝ ਨਹੀਂ ਲੈਣਾ ਨਾ ਦਿੱਲੀ ਵਾਲੇ ਸੋਚਣ ਵੀ ਪੰਜਾਬ ਵਾਲਿਆਂ ਤੋਂ ਕੁਝ ਨਹੀਂ ਲੈਣਾ ਜਾਂ ਆਪਾਂ ਪੰਜਾਬ ਵਾਲੇ ਸੋਚਣ ਪਏ ਦਿੱਲੀ ਵਾਲਿਆਂ ਤੋਂ ਕੁਝ ਨਹੀਂ ਲੈਣਾ ਹਾਂਜੀ ਨਾ ਬਾਹਰ ਦੇਸਾਂ ਦੇਸਾਂ ਵਾਲਿਆਂ ਸੰਗ ਤਾਂ ਵੀ ਇਹ ਨਾ ਸੋਚਣ ਵੀ ਪੰਜਾਬ ਵਾਲਿਆਂ ਤੋਂ ਅਸੀਂ ਕੁਝ ਨਹੀਂ ਲੈਣਾ ਹਾਂਜੀ ਤੇ ਪੰਜਾਬ ਵਾਲੇ ਵੀ ਨਾ ਸੋਚਣ ਪਏ ਦੇਸਾਂ ਦੇਸਾਂ ਦੇ ਸੰਗਤਾਂ ਤੋਂ ਕੁਝ ਨਹੀਂ ਲੈਣਾ ਜੱਥੇ ਜੱਥੇ ਗੁਰਸੇਕਾ ਹਰ ਇੱਕ ਨੂੰ ਜੇ ਇੱਕ ਸੇਕ ਨੂੰ ਕੰਡਾ ਲੱਗੇ ਕਿਤੇ ਵੀ ਚਾਹੇ ਕਿਤੇ ਵੀ ਆ ਜੇ ਕੰਡਾ ਵੀ ਲੱਗਦਾ ਪੈਰ ਚ ਤੇ ਉਹ ਸਾਰੀ ਕੌਮ ਨੂੰ ਦਰਦ ਹੋਏ ਉਹਦਾ ਜੀ ਮੇਰਾ ਸਵਾਲ ਇਹ ਸੀ ਗੁਰਦੀਪ ਸਿੰਘ ਕਿ ਬਾਅਦ ਬਿਠੇ ਸੇਖੀ ਦਾ ਸੋਚਦਾ ਹੈ ਕਿ ਐਸ ਵੇਲੇ ਅਕਾਲੀਆਂ ਦੀ ਸਰਕਾਰ ਹੈ ਪੰਜਾਬ 'ਚ ਬਈ ਸਾਨੂੰ ਇਹਨਾਂ ਨਾਲ ਗੱਲ ਨਹੀਂ ਕਰਨੀ ਚਾਹੀਦੀ ਇਹ ਪੰਥ ਦੇ ਦੁਖੀ ਆ ਤੁਸੀਂ ਮੈਂ ਤੁਹਾਡੇ ਮਾਤਾ ਪਿਤਾ ਨਾਲ ਵੀ ਗੱਲ ਕੀਤੀ ਉਹ ਅੱਜ ਵੀ ਕਹਿੰਦੇ ਆ ਬਈ ਤੱਕੜੀ ਨੂੰ ਮੜਾ ਨਾ ਕੋ ਪਾ ਮੈਂ ਤੁਸੀਂ 25 ਸਾਲ 6 ਮਹੀਨੇ ਜੇਲ੍ਹ ਕੱਟ ਕੇ ਆਏ ਆ ਉਹ ਅੱਜ ਵੀ ਅਕਾਲੀਆਂ ਦੇ ਖਿਲਾਫ ਗੱਲ ਸੁਣਨ ਤਿਆਰ ਨਹੀਂ ਹਾਂ ਜੀ ਉਹ ਕੋਈ ਮੇਰਾ ਪਤਾ ਸੋਚ ਕੇ ਉਹ ਇੱਥੇ ਪਵਜਾ ਦੇ ਸਿਰ ਉਤੋਂ ਜੋ ਲੋਕ ਆ ਉਹ ਤਕੜੀ ਜਿਹੜ ਕੋ ਰਹੀ ਆ ਉਹਦੇ ਨਾਲ ਜੁੜੇ ਆ ਉਹਨੂੰ ਤਕੜੀ ਨੂੰ ਪੰਥ ਸਮਝਿਆ ਹੁੰਦਾ। ਹਾਂਜੀ। ਉਹ ਸੋਚ ਆ ਦਿਮਾਗ 'ਚ ਇੱਕ ਤਕੜੀ ਜਿਹੜੀ ਆ ਦਿਮਾਗ 'ਚ ਘਰ ਕਰ ਚੁੱਕੀ ਆ। ਠੀਕ ਆ। ਹਾਂਜੀ। ਤੇ ਉਹ ਉਹਦੇ ਨਾਲ ਨਾਲ ਮੈਂ ਇਹ ਬਚਨ ਜ਼ਰੂਰ ਕਹਿਣਾ ਚਾਹੂੰਗਾ। ਹਾਂਜੀ। ਵੀ ਤਕੜੀ ਚੋਂ ਸਾਜਣਾ ਕੋ ਹੈਗਾ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ। ਹਾਂ। ਵੀ ਜੇ ਸਾਡੇ ਤਕੜੀ ਬਾਰੇ ਇੰਨੇ ਵਿਚਾਰ ਆ ਸੰਗ ਦੇ ਦਿਨਾਂ 'ਚ ਲੋਕਾਂ ਦੇ। ਹਾਂਜੀ। ਤੇ ਅਸੀਂ ਉਸ ਉਸ ਚੀਜ਼ ਦੀ ਲਾਜ ਰੱਖੀ। ਅਸੀਂ ਉਸ ਪਾਵਨਾਨਾ ਸਗਤਾਂ ਦੀਆਂ ਮੁਸ਼ਕਲਾਂ ਉਹਨਾਂ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਇਸ ਵੇਲੇ ਜਿੱਦਾਂ ਆਪਾਂ ਅਕਾਲੀ ਸਰਕਾਰ ਦੀ ਗੱਲ ਚੱਲੀ ਪਈ ਹੈ ਉਹਨਾਂ ਨੂੰ ਵੀ ਕੋਈ ਆਪਣੇ ਵੱਲੋਂ ਮਤਲਬ ਮੈਸੇਜ ਜਾਂ ਸੁਨੇਹਾ ਦੇਣਾ ਚਾਹੁੰਦੇ ਆ ਕਿ ਉਹ ਜਿੱਦਾਂ ਹੁਣ ਅਸੀਂ ਪਰਵਾਹ ਦੀ ਮੈਂ ਖੁਦ ਹਾਲਾਤ ਦੇਖੀ ਆ ਤੇ ਚਲੋ ਬਜ਼ੁਰਗ ਮਾਤਾ ਪਿਤਾ ਆ ਉਹਨਾਂ ਦੇ ਮਤਲਬ ਪੱਕੀ ਰਿਹਾਈ ਲਈ ਤੁਸੀਂ ਆਪਣੇ ਵੱਲੋਂ ਕੋਈ ਅਪੀਲ ਕਰਨੀ ਚਾਹੁੰਦੇ ਨਹੀਂ ਮੈਂ ਅਪੀਲ ਕਿ ਮੈਂ ਇਹ ਕਹਾਂਗਾ ਕਿ ਮਤਲਬ ਅਪੀਲ ਵੇਖੋ ਜੇ ਆਪਾਂ ਅਪੀਲਾਂ ਦੇ ਲਾਂ ਸਾਡੀਆਂ ਚੱਲਦੀਆਂ ਹੁੰਦੀਆਂ ਤੇ ਫੇਰ ਇੱਥੋਂ ਤੱਕ ਪਹੁੰਚਦੇ ਨਹੀਂ ਸੀ ਤੇ ਇਹ ਸਰਕਾਰਾਂ ਵਕ ਵਕੋ ਇਹ ਸਾਡਾ ਹੱਕ ਆ ਠੀਕ ਹੈ ਆਪਾਂ ਭੀਖਤੇ ਮੰਗ ਨਹੀਂ ਸਕਦੇ ਅਸੀਂ ਠੀਕ ਹੈ ਹੱਕ ਹੈ ਸਾਡਾ ਜੇ ਦੂਜੀ ਕੌਮਾਂ ਦੇ ਲੋਕ ਉਮਰ ਕੈਦ ਵਾਲੇ ਉਹ ਫਾਂਸੀ ਟੁੱਟ ਕੇ ਵੀ ਜਿਨ੍ਹਾਂ ਨੂੰ ਉਮਰ ਕੈਦ ਹੋਈ ਹੈ ਐਸੇ ਐਸੇ ਲੋਕਾਂ ਨੂੰ ਜਿਵੇਂ ਕਿ 84 ਚ ਜਿਨ੍ਹਾਂ ਨੇ ਦਿੱਲੀ ਆਪਣਾ ਕਤਲੇਆਮ ਕੀਤਾ ਹੈ ਜਦੋਂ ਉਹਨਾਂ ਨੂੰ ਬਿਨਾਂ ਮਤਲਬ ਕਿਸੇ ਕਾਰਨ ਜਦੋਂ 20 ਸਾਲ ਪੂਰੇ ਹੋ ਗਏ ਤਾਂ ਵੀ ਉਹ 20 ਸਾਲ ਤੋਂ ਬਿਨਾਂ ਰਿਲੀਜ਼ ਕਰਤਾ ਉਹ ਵੀ ਐਸੇ ਕਿਸੇ ਜਿਨ੍ਹਾਂ ਦੀ ਫਾਂਸੀ ਟੁੱਟ ਕੇ ਲੈਪ ਹੋਈ ਹਾਲਾਂਕਿ ਕਾਨੂੰਨ ਹੈ ਕਿ ਜੇ ਫਾਂਸੀ ਟੁੱਟ ਕੇ ਲੈਪ ਹੁੰਦੀ ਹੈ ਤੇ ਪੂਰੇ 20 ਸਾਲ ਦੇ ਘਟਾਉਣੇ ਘਟਾਉਣੇ ਹਨ ਜੀ ਸੁਪਰੀਮ ਕੋਰਟ ਦੀ ਹੂਰਿੰਗ ਦੇ ਮੁਤਾਬਕ ਤੇ ਉਹਨਾਂ ਛੱਡਿਆ ਗਿਆ ਤੇ ਫਿਰ ਸਾਡੇ ਸਾਨੂੰ ਕਿਉਂ ਮਤਲਬ ਮੰਗਣਾ ਪਵੇ ਜੀ ਜਿਉ ਖੁਦ ਪੰਥ ਦੀ ਕਹਿੰਦੇ ਅਸੀਂ ਪੰਥ ਦੀ ਆਵਾਜ਼ ਜਾਂ ਤੁਹਾਡਾ ਭਾਵ ਇਹ ਹੈ ਕਿ ਜਿਹੜੇ ਅਕਾਲੀ ਸਰਕਾਰ ਆ ਐਸ ਜਿਹੜੇ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਤ ਸਿੰਘ ਬਾਦਲ ਉਹ ਮੁੱਖ ਮੰਤਰੀ ਤੇ ਮੁੱਖ ਮੰਤਰੀ ਆ ਤੇ ਉਹ ਤੁਹਾਡਾ ਬਣਦਾ ਹੱਕ ਤੁਹਾਨੂੰ ਦੇਣ ਸਾਨੂੰ ਇਹ ਚੀਜ਼ ਆਹੀਂ ਕਹਿੰਦੇ ਭੀ ਜਦੋਂ ਆ ਜਿਹੜੀ ਹੁਣ ਸਾਨੂੰ ਪ੍ਰੋਲ ਮਿਲੀ ਆ ਅਸੀਂ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਸਾਨੂੰ ਤਾਂ ਹੁੰਦੀ ਇਹ ਪ੍ਰੋਲ ਜਦੋਂ ਅਸੀਂ ਇਧਰ ਆਏ ਜਦੋਂ ਲਾਈ ਆ ਪਹਿਲਾਂ 1 ਮਹੀਨਾ ਆਉਂਦੇ ਆਂ ਤੇ ਉਹ ਰਿਜੈਕਟ ਨਾ ਹੁੰਦੀ ਤੇ ਅਸੀਂ ਮਲ ਅਜ ਤੋਂ ਸੇ ਮਹੀਨੇ ਪਹਿਲਾਂ ਹੀ ਆਪਣੇ ਮਾਤਾ ਪਿਤਾ ਨਾਲ ਮਿਲਦੇ ਆਂ ਦੇ ਸਾਨੂੰ ਜਿਆਦਾ ਖੁਸ਼ੀ ਹੁੰਦੀ ਹੈ ਠੀਕ ਹੈ ਤੇ ਅੰਤ ਦੇ ਵਿੱਚ ਆਪਾਂ ਤੁਹਾਨੂੰ ਜਿਵੇਂ ਸਿੰਘ ਸਾਹਿਬ ਆਉਣੇ ਅੱਜ ਫੇਰ ਮਿਲਣ ਆਇਆਗੇ ਉਸਦੇ ਨਾਲ ਹੀ ਤੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਆਉਣੀਆਂ ਆ ਉਹ ਉਹਨਾਂ ਦੇ ਬਾਰੇ ਉਹਨਾਂ ਦੇ ਵਿਚਾਰ ਜਾਂ ਉਹਨਾਂ ਤੋਂ ਤੁਸੀਂ ਕੀ ਸੋਚ ਕੇ ਬਾਹਰ ਬੈਠੇ ਸੇ ਕੰਮ ਕੀ ਕਰਨਾ ਚਾਹੁੰਦੇ ਤੇ ਇੱਕ ਇਹੋ ਕਹਿਣਾ ਚਾਹੁੰਦਾ ਜਿਦਾਂ ਜਿਹੜਾ ਸਾਡੇ ਕੋਲ ਚੱਲ ਕੇ ਜੋ ਵੀ ਆਏ ਹਾਂਜੀ ਉਹਨਾਂ ਪਹਿਲਾਂ ਤੁਹਾਨੂੰ ਦੱਸ ਸਕਿਆ ਪੇ ਜਿੰਨਾ ਜਿੰਨਾ ਮਤ ਕੀਤੀ ਆ ਤੇ ਉਹਨਾਂ ਚ ਭਾਈ ਜਸਬੀਰ ਸਿੰਘ ਰੋੜੇ ਜਸਦਾ ਸਾਹਿਬ ਦਾ ਵੀ ਨਾਲ ਲਿਆ ਹੀ ਉਹਨਾਂ ਮਦਦ ਕੀਤੀ ਆ ਹੁਣ ਇੱਥੇ ਵੀ ਚੱਲ ਕੇ ਆਏ ਕੱਲ ਜਿੱਦਣ ਹੀ ਰਿਹਾ ਹੋ ਕੇ ਉਦੋਂ ਵੀ ਅਗਲੇ ਦਿਨ ਹੀ ਆਏ ਸੀਗੇ ਹਾਂਜੀ ਹੈਲਪ ਹੀ ਉਹਨਾਂ ਕੀਤੀ ਜੋ ਪੰਥਕ ਆਪਣਾ ਜਥਾ ਉਧਰੋਂ ਕੈਨੇਡਾ ਚੋਂ ਆਇਆ ਆਪਣਾ ਬਾਹਰੋਂ ਆਏ ਹਾਂਜੀ ਕੈਨੇਡਾ ਤੋਂ ਹਾਂਜੀ ਕੈਨੇਡਾ ਇੰਗਲੈਂਡ ਤੋਂ ਆਏ ਉਧਰ ਜੋ ਆਪਣਾ ਟਾਟੂ ਕੋਈ ਆਪਣਾ ਇੱਕ ਸੇਵਾ ਸਾਈਡ ਸੋਸਾਇਟੀ ਸੇਵਾ ਸਾਈਡ ਸੋਸਾਇਟੀ ਉਹਨਾਂ ਵੱਲੋਂ ਵੀ ਜਸਵੀਰ ਸਰੋਟ ਦੇ ਨਾਲ ਆਪਣੇ 1,25,000 ਸਾਡੀ ਮਦਦ ਵੀ ਕੀਤੀ ਹੈ ਹਾਂਜੀ ਤੋਂ ਇਹਦੇ ਨਾਲ ਸਾਨੂੰ ਬਹੁਤ ਹੌਸਲਾ ਮਿਲਿਆ ਇਸ ਚੀਜ਼ ਦੇ ਨਾਲ ਵੀ ਹਾਂਜੀ ਚਲੋ ਆਉਂਦੇ ਆਂ ਬੰਦਾ ਜਦੋਂ ਜੇਲ੍ਹ ਚੋਂ ਆਉਂਦਾ ਘਰ ਮਾਦਾ ਪੈਦਾ ਕੋਈ ਰੋਜ਼ਗਾਰ ਨਹੀਂ ਹੁੰਦਾ ਤੇ ਰੋਜ਼ ਇੱਥੇ ਆ ਰਹੇ ਹੁਣ ਸੰਗ ਤਿਆਰ ਠੰਡਾ ਚਾਹ ਦਾ ਲੰਗਰ ਚੱਲ ਹੀ ਰਿਹਾ ਹਾਂਜੀ ਤੇ ਇਹ ਤੇ ਜਰੂਰ ਉਤਰੀ ਸੀ ਤੇ ਉਹਨਾਂ ਸਮਝਿਆ ਜਰੂਰ ਤੋਂ ਸਮਝਿਆ ਹੁੰਦਾ ਤੇ ਕੀਤਾ ਤੇ ਉਹਨਾਂ ਦੀ ਸਿਆਣਪ ਦਾ ਅਸੀਂ ਧੰਨਵਾਦ ਕਰਾਂਗੇ ਬਹੁਤ-ਬਹੁਤ ਗਰਦੀਪ ਸਿੰਘ ਜੀ ਧੰਨਵਾਦ ਤੇ ਮੈਂ ਕੋਈ ਸਵਾਲ ਨਾ ਪੁੱਛਿਆ ਹੋਵੇ ਲੇਕਿਨ ਤੁਸੀਂ ਕਹਿਣਾ ਚਾਹੁੰਦੇ ਹੋ ਚੈਨਲ ਤੇ ਉਹ ਵੀ ਕਹਿ ਸਕਦੇ ਨਹੀਂ ਇਹ ਹੀ ਕਹਿਣਾ ਚਾਹੁੰਦੇ ਆ ਸਭ ਸਮੂਹ ਸੰਗਾਂ ਨੂੰ ਤੇ ਨਾਲ-ਨਾਲ ਜਥੇਬੰਦੀਆਂ ਦੇ ਲੀਡਰਾਂ ਨੂੰ ਜਿਹੜੇ ਵੀ ਜਥੇਬੰਦੀਆਂ ਦੇ ਬਹੁਤ ਮੋਤ ਪਾਰਿਆ ਚਾਹੇ ਕੋਈ ਕਾਲੀ ਦਲ ਆ ਚਾਹੇ ਕੋਈ ਸਰਗਰਮ ਤੜਾ ਚਾਹੇ ਕੋਈ ਬੁੱਧੀਜੀ ਚਾਹੇ ਮਨੋ ਖੇਲਕਾਰ ਆ ਹੇ ਕਿਨਾਂ ਵੀ ਸਾਰੇ ਲੜਕੇ ਹਮਲਾ ਮਾਰੋ ਇਕੱਠੇ ਹੋ ਜਾਓ ਪ੍ਰਾਣੀਆਂ ਕਿਸ ਕਿਸਮੀਆਂ ਕਿਸੇ ਕਿਸਮੀਆਂ ਰੰਸ ਜਸਾ ਹੈ ਆਸ ਦੇ ਵਿੱਚ ਕੋਈ ਗੁੱਸੇ ਗਲੇ ਹੈ ਉਹਨਾਂ ਨੂੰ ਭਲਾ ਕੇ ਤੇ ਪੰਥ ਦੇ ਭਲੇ ਵਾਸਤੇ ਕੰਮ ਕਰੋ ਸਭ ਤੋਂ ਪਹਿਲਾ ਕੰਮ ਇਹ ਕਰੋ ਸਿੱਖ ਕੌਮ ਦੇ ਜੋ ਆਪਣੇ ਜੋ ਨੌਜਵਾਨ ਸਾਰੇ ਬੰਦ ਹੈ ਇੰਨੇ ਨੇ ਸਾਲਾਂ ਤੋਂ ਉਹਨਾਂ ਸਭ ਦੀਆਂ ਹੁੰਦਾ ਹਰਿਆਈਆਂ ਕਰੋ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਆ ਪੱਕੀਆਂ ਰਹਿਆਂ ਆ ਕਰਾ ਉਹਨਾਂ ਘਰਾਂ ਚ ਲਿਆਓ ਉਹ ਜਿਨ੍ਹਾਂ ਦੇ ਕੇਸ ਚੱਲ ਰਹੇ ਆ ਅੰਡਰ ਟ੍ਰਾਇਲ ਤੇ ਉਹਨਾਂ ਦੇ ਚੰਗੇ ਵਕੀਲ ਕਰਕੇ ਮਤਲਬ ਆਪਾਂ ਕਈ ਪੈਰ ਕਈ ਅੱਜ ਤੱਕ ਇਹ ਹੁੰਦਾ ਆ ਕਿ ਜਦੋਂ ਫਾਂਸੀ ਦੀ ਸਜ਼ਾ ਹੋ ਜਾਂਦੀ ਕੇਸ ਸਿੰਘ ਨੂੰ ਜਦੋਂ ਉਹ ਤੇ ਸਾਰੇ ਭੱਜ ਕੇ ਆਪਾਂ ਰੌਲੀ ਪਾ ਕੇ ਤੇ ਕਹਿੰਦੇ ਫਾਂਸੀ ਟੁੱਟਣੀ ਚਾਹੀਦੀ ਹੈ ਪਰ ਇਹ ਅਪਰਾਧਾ ਜਦੋਂ ਇਹ ਕੇਸ ਚੱਲਦਾ ਜਦੋਂ ਆਪਾਂ ਉਦੋਂ ਕੀਤਾ ਹੋਵੇ ਤੇ ਹੋ ਸਕਦਾ ਹੈ ਵੀ ਸਜ਼ਾ ਹੋਵੇ ਨਾ ਤੇ ਇਹ ਸਾਰਾ ਏਦਾਂ ਕਰਨਾ ਚਾਹੀਦਾ ਤੇ ਉਹ ਹਾਂਜੀ ਜੀ ਤੁਹਾਡੀ ਗੱਲ ਤੋਂ ਇਦਾਂ ਲੱਗਦਾ ਕਿ ਜਿਹੜੀ ਜਦਾਂ ਤੁਹਾਡੇ ਕੇਸ ਦੀ ਵੀ ਪੈਰਵਾਈ ਬਹੁਤ ਕਮਜ਼ੋਰ ਰਹੀ ਹੈ ਹਾਂਜੀ ਤੇ ਆਮ ਸਿੱਖਾਂ ਦੀ ਵੀ ਜਿਹੜੀ ਹੈ ਪੈਰਵਾਈ ਕਾਨੂੰਨੀ ਕਾਰਵਾਈ ਹੀ ਘੱਟ ਕਰਦੇ ਆਂ ਤੇ ਮਜਾਰੇ ਜ਼ਿਆਦਾ ਕਰਦੇ ਆਂ ਹਾਂਜੀ ਉਹ ਇੱਕ ਪਾਸੇ ਇਹ ਜ਼ਰੂਰੀ ਕਹਿਣਾ ਚਾਹੂੰਗਾ ਵੀ ਕੋਈ ਫੇਮਸ ਹੋ ਗਿਆ ਕੇਸ ਉੱਥੇ ਦੇ ਭੱਜ ਕੇ ਅਸੀਂ ਜੇਠ ਮਲਾਨੀ ਆ ਰਾਮ ਜੇਠ ਮਲਾਨੀ ਵੱਲ ਜਾਂਦੇ ਆਂ ਜਾਂ ਕੇਟੀਆ ਤੁਲਸੀ ਵੱਲ ਜਾਂਦੇ ਆਂ ਬਾਅਦ ਚ ਉਹ ਸਾਰੇ ਹਮੀਆਂ ਸਾਰੇ ਸਾਰੇ ਭੱਜ-ਭੱਜ ਜਾਂਦੇ ਆਂ ਤੇ ਇਹ ਚੀਜ਼ਾਂ ਪਹਿਲਾਂ ਕਿਉਂ ਨਾ ਕੀਤੀਆਂ ਜਾਂ ਉਹ ਸਾਰਿਆਂ ਵਾਸਤੇ ਬਰਾਬਰ ਕਿਉਂ ਨਾ ਕੀਤੀਆਂ ਜਾਵੇ ਹਾਂਜੀ ਇਹ ਇਤ ਨਹੀਂ ਨਾ ਭਈ ਪਾਈ ਆਪਣਾ ਉਹ ਪਾਈ ਹਜਿੰਦਰ ਸਿੰਘ ਜੰਦਾ ਅਸੀਦ ਪਾਈ ਖਰਜਿੰਦਰ ਸਿੰਘ ਜੰਦਾ ਅਸੀਦ ਪਾਈ ਸੁਦੇਸ਼ ਸਿੰਘ ਸੁਖਾ ਠੀਕ ਆ ਉਹਨਾਂ ਦਾ ਕੇਸ ਜਰਨਲ ਵੈਦਿਆਂ ਮਾਰਿਆ ਗਿਆ ਠੀਕ ਆ ਬਹੁਤ ਚੜ੍ਹਦੀ ਕਲਾ ਦਾ ਕੇਸ ਸੀ ਭਾਈ ਬਹੁਤ ਜ਼ਿਆਦਾ ਦਾ ਸਤਕਾਰ ਕਰਦੇ ਸਿੰਘਾਂ ਨੇ ਬੜੀ ਚੜ੍ਹਦੀ ਕਲਾ ਨਾਲ ਸਿੱਧੀਆਂ ਪ੍ਰਾਪਤ ਕੀਤੀਆਂ ਹੱਸ ਕੇ ਫਾਂਸੀ ਦੇ ਰਸੇ ਨੂੰ ਚੁੰਮਿਆ ਤੇ ਭਾਈ ਗੁਰਦੀਪ ਸਿੰਘ ਤਾਂ ਨੰਬਰ ਆ ਤੇ ਕੋਈ ਵਕੀਲ ਨਹੀਂ ਖੜਾ ਹੋਇਆ ਹਾਂਜੀ ਤੇ ਮਨਕੇ ਰੋਸ ਹੈ ਇਹ ਮਨਕੇ ਰੋਸ ਹੈ ਇਹ ਉਹਨਾਂ ਨੇ ਸਾਨੂੰ ਈਰਖਾ ਕੋਈ ਨਹੀਂ ਮਨਕੇ ਰੋਸ ਹੈ ਵੀ ਅਸੀਂ ਕਹਿੰਦੇ ਸਾਰੇ ਸਿੰਘ ਜਿਹੜੇ ਫਸਿਆ ਕੋਈ ਨਾ ਕੁਝ ਕਰਕੇ ਗਿਆ ਜਿਹੜਾ ਅੰਦਰ ਗਿਆ ਗਵਰਨਮੈਂਟ ਨੇ ਜਿਹਨ ਆਪਾਂ ਅਵਰੋਧੀ ਸਮਝ ਲਿਆ ਸੀ ਕੌਮ ਦਾ ਕਰਕੇ ਤੇ ਜਿਹਨੂੰ ਅੰਦਰ ਕਸ਼ਟ ਤੇ ਆ ਸੀ ਇਹ ਚੱਲ ਕੇ ਪੁਲਿਸ ਦੇ ਤੇ ਅੰਦਰ ਗਿਆ ਅੰਦਰ ਵੀ ਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਪਰੇਸ਼ਾਨੀਆਂ ਚੱਲੀਆਂ ਤੇ ਉਹ ਜਦੋਂ ਗਵਰਨਮੈਂਟ ਦੇ ਸਾਹਮਣੇ ਨੂੰ ਬਰਾਬਰ ਸਮਝਦੀ ਆ ਤੇ ਆਪਾਂ ਬਰਾਬਰ ਸਮਝ ਕੇ ਵਕੀਲ ਕਿਉਂ ਨਾ ਕਰੀਏ ਵੱਡੇ ਵੱਡੇ ਸਾਰੇ ਜੀ ਬਹੁਤ ਬਹੁਤ ਤੇ ਗਰਦੀਪ ਸਿੰਘ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਜੀ ਦੇ ਦਰਸ਼ਕੋ ਇਸ ਵੇਲੇ ਅਸੀਂ ਗਰਦੀਪ ਸਿੰਘ ਜੀ ਖੇੜਾ ਜਿਹੜਾ 25 ਸਾਲ 6 ਮਹੀਨੇ ਬਾਅਦ ਪਰੋਲ ਤੇ ਰਿਹਾ ਹੋਇਆ ਤੇ ਉਹਨਾਂ ਦੇ ਗ੍ਰਹਿ ਵਿਖੇ ਜਲੰਧਰ ਖੇੜਾ ਪਿੰਡ ਦੇ ਵਿੱਚ ਬੈਠੇ ਆ ਤੇ ਸਾਡੇ ਨਾਲ ਹਨ ਉਹਨਾਂ ਦੇ ਸਤਿਕਾਰਯੋਗ ਮਾਤਾ ਜਗੀਰ ਕੌਰ ਜੀ ਤੇ ਪਿਤਾ ਸਰਦਾਰ ਬੰਤਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਕਿੱਦਾਂ ਮਹਿਸੂਸ ਕਰਦੇ ਆ ਅੱਜ 3 ਦਿਨ ਹੋ ਗਏ ਆਪਣੇ ਲੜਕੇ ਨੂੰ ਰਿਹਾ ਹੋਏ ਨੂੰ ਤੇ ਕਿਵੇਂ ਲੱਗਦਾ ਵਾਹਿਗੁਰੂ ਨੇ ਬਹੁਤ ਸਤਿਗੁਰਾਂ ਨੇ ਮਿਹਰ ਕੀਤੀ ਐ ਪੰਜੀ ਸਾਢੇ ਸਾਢੇ ਜਿਹੜੇ ਨੰਗੇ ਹਨ ਸਾਲ ਬੜੇ ਮੁਸ਼ਕਲ ਨੰਗੇ ਚਲੋ ਤੰਗੀਆਂ ਆ ਕੇ ਸੁਖਾ ਕੇ ਫਿਰ ਕੋਲ ਜਾਂਦਾ ਮਹਾਰਾਜ ਨੇ ਬਹੁਤ ਸੋਨਾ ਕੀਤਾ ਭੈਣ ਭਰਾਵਾਂ ਨੇ ਜਿਵੇਂ ਬੰਦੀਆਂ ਨੇ ਬੜੀ ਮਾਇਤ ਦੇਤੀ ਹੈ ਤੇ ਸ਼ੁਕਰ ਕਰਦੇ ਮਹਾਰਾਜ ਦੀ ਖੜੀ ਧੰਨਵਾਦ ਕਰਦੇ ਹੈ ਇਹ ਤੁਹਾਡੀ ਜਿਹੜੀ ਆਵਾਜ਼ ਹੈ ਪੂਰੀ ਦੁਨੀਆ ਦੇ ਵਿੱਚ 106 ਮਲਕਾਂ ਨੂੰ ਜਾਣੀਆਂ ਕਾਲ ਚੈਨਲ ਰਹੀ ਹਾਂ ਤੇ ਬਾਹਰ ਬਿਠੇ ਸਿੱਖ ਜਿੱਦਾਂ ਤੁਹਾਡੀ ਆਵਾਜ਼ ਰਹੀ ਇਹਦੇ ਜਰੂਰ ਸੁਣਨਾ ਚਾਹੁੰਦੇ ਆ ਕਿ ਤੁਹਾਡੇ ਨਾਲ ਪਹਿਲਾਂ ਜਿਹਦਾ ਇੱਕ ਲੜਕਾ ਤੁਹਾਡਾ ਸ਼ਹੀਦ ਵੀ ਹੋ ਚੁੱਕਾ ਹੈ ਉਹਨਾਂ ਬਾਰੇ ਤੇ ਹੁਣ ਗੁਰਦੀਪ ਸਿੰਘ ਬਾਰੇ ਕੀ ਕਹਿਣਾ ਚਾਹੁੰਦੇ ਆ ਗੱਡੀ ਸਾਰੇ ਬਾਰੇ ਇਹ ਗੱਲ ਨਹੀਂ ਹੈ ਵੀ ਹਰਿਆ ਆਵੇ ਤੇ ਆਪਣੇ ਕਾਰੇ ਆਵੇ ਤੇ ਕਦੇ ਕਾਰ ਦਾ ਵਿਕਾਸ ਬਣਿਆ ਤੇ ਮੇਰੀ ਵੀ ਜਾਨ ਸੌਖੀ ਹੋਏ ਮੈਂ ਹੁਣ ਫੁਲਕਾ ਪਕਾਉਣ ਜਗਗੀਂ ਗਦੇ ਇੰਦਾਂ ਕਿ ਸਤਗੁਰ ਕਰੇ ਮੇਰ ਵਿੱਚ ਜਦਾਂ ਹੋ ਕੀਤੀ ਆ ਹੁਣ ਤੁਸੀਂ ਕਿਹਨੇ ਪੱਕੀ ਰਿਹਾਈ ਹੋ ਜੀ ਹਾਂ ਪਾ ਜੀ ਪੱਕੀ ਹਰਿਆਈ ਹੋ ਜੀ ਹਾਂ ਜੀ ਪ੍ਰਮਾਤਮਾ ਕਰੂਗਾ ਜ਼ਰੂਰ ਤੁਹਾਡੀਆਂ ਜਿਹੜੀਆਂ ਅਰਦਾਸਾਂ ਸਤਗੁਰ ਨੇ ਕਰਨਾ ਜੋ ਕਰਨਾ ਪ੍ਰਮਾਤਮਾ ਨੇ ਆਸਰਾ ਦੇਣਾ ਤੇ ਹੁਣਾ ਸਭ ਕੋ ਭੈਣ ਭਰਾਵਾਂ ਦਾ ਵੀ ਫੇਰੀ ਆਸਰਾ ਹੁੰਦਾ ਜੇ ਸਤਗੁਰ ਕਰੇ ਤੇ ਮੰਨਣਾ ਨਹੀਂ ਕਰਨਾ ਆਪੇ ਕਰਨਗੇ ਮੈਂ ਕਿਸ ਦਾ ਮਜ਼ਾ ਨਹੀਂ ਕੀਤਾ ਪੁੱਤ ਮੇਰੇ ਵੇਲੇ ਚੰਗੇ ਕਰਮਾਂ ਨੇ ਹੱਥ ਦਿੱਤੀ ਹਾਂਜੀ ਆਓ ਆਪਾਂ ਗੱਲ ਕਰਦੇ ਸਰਦਾਰ ਬੰਤਾ ਸਿੰਘ ਜੀ ਨਾਲ ਜਿਹੜੇ ਉਹਨਾਂ ਦੇ ਸਤਿਕਾਰਯੋਗ ਪਤੇ ਹਾਂਜੀ ਸਰਦਾਰ ਬੰਤਾ ਸਿੰਘ ਜੀ ਇਹ ਅੱਜ ਤਿੰਨ ਦਿਨ ਹੋ ਗਏ ਗੁਰਦੀਪ ਸਿੰਘ ਨੂੰ ਘਰ ਆਇਆ ਨੂੰ ਕਿਵੇਂ ਜਦੋਂ ਮੈਂ ਸੰਗਤਾਂ ਵੀ ਤੁਹਾਡੇ ਕੋਲ ਕਾਫੀ ਆ ਰਹੀਆਂ ਜਥੇਬੰਦੀਆਂ ਵੀ ਆ ਰਹੀਆਂ ਤੇ ਅੱਜ ਫੇਰ ਸਿੰਘ ਆਏ ਹੋਏ ਕੀ ਕਹਿਣਾ ਚਾਹੁੰਦੇ ਐਖੋ ਜੀ ਤਿੰਨ ਚਾਰ ਦਿਨ ਤੋਂ ਹੜ ਦੇ ਕਰਾ ਬਹੁਤ ਰੌਣਕਾਂ ਲੱਗੀਆਂ ਅਡਾ ਮਨ ਬਹੁਤ ਖੁਸ਼ ਤੇਹੀਂ ਇਹੋ ਹੀ ਆ ਵੀ ਮਹਾਰਾਜਾ ਹੁਣੇ ਇਦੀ ਹਰੇ ਆਈ ਕਰਾਵਿੰਦਾ ਤਾਂ ਗਵਰਨਮੈਂਟ ਨੂੰ ਚਾਹੀਦਾ ਹੁੰਦਾ ਇਹ ਕਿ ਕਦਨੀ ਉਹ ਸਾਡੇ ਬਾਰੇ ਸੋਚਣ ਤੇ ਬਹੁਤ ਅਸੀਂ ਧੰਨਵਾਦ ਕਰਾਂਗੇ ਬੱਚਾ ਆਇਆ ਆਇਲਾ ਹੀ ਹੋਣੀ ਹੈ ਵੇਖੋ ਕਿਦੀ ਜੀਲਾ ਲੱਗੀ ਆ ਸਾਡਾ ਮਨ ਕਿਦਾਂ ਖੁਸ਼ ਹੋਇਆ ਵਾ ਇਹ ਬਾਬੂ ਜੀ ਜਿੱਦਾਂ ਮੈਨੂੰ ਪਤਾ ਲੱਗਾ ਵੀ ਇਹ ਪਿੰਡ ਜਿਹੜਾ ਖਾਸ ਕਰਕੇ ਤੁਹਾਡਾ ਪਰਿਵਾਰ ਹਮੇਸ਼ਾ ਤੋਂ ਹੀ ਮਤਲਬ ਤਕੜੀ ਨੂੰ ਅਕਾਲੀਆਂ ਨੂੰ ਹੀ ਵੋਟ ਪਾਉਂਦਾ ਰਿਹਾ ਤੇ ਅੱਜ ਵੀ ਅਕਾਲੀ ਸਰਕਾਰ ਆ ਉਹਨਾਂ ਨੇ ਤੁਹਾਡੇ ਲੜਕੇ ਨੂੰ ਚਲੋ ਪਰੋਲ ਤੇ ਰਿਹਾ ਕੀਤਾ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਤੁਸੀਂ ਅਸੀਂ ਜੇ ਇੰਨੇ ਨਹੀਂ ਧੰਨਵਾਦੀ ਕਰਦੇ ਹਾਂ ਸਰਕਾਰ ਦਾ ਵੀ ਜਿਹੜੀ ਪੋਲਿਟਿਕ ਹਲਤਾ ਵਾ ਤੇ ਇਹਨਾਂ ਨੂੰ ਤੇ ਹਰਾਜ ਕਰਨਾ ਚਾਹੀਦਾ ਜੀ ਪੱਕਾ ਹਰਾਜ ਕਰਨਾ ਫੇ ਸਾਡੇ ਦੇ ਬਾਬਾ ਵੀ ਸਾਡਾ ਪਿਓ ਵੀ ਕਾਲੀ ਵੀ ਕਾਲੀ ਰਹੇ ਕਾਲੀਆਂ ਦੀ ਮਰਤ ਕਰਦੇ ਆ ਅੱਜ ਵੀ ਕਾਲੀਆਂ ਦੇ ਨਾਲ ਹੀ ਹਾਂ ਤੇ ਹਣ ਇਸ ਵਾਸਤੇ ਸਾਡੀ ਮਰਤ ਹੋਣੀ ਚਾਹੀਦੀ ਹੈ ਪੂਰੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਬੱਚਾ ਹਰਤੇ ਖੁਸ਼ੀ ਆਵੇ ਕੋਈ ਸਾਡਾ ਬੱਚਾ ਜਿੱਦਾਂ ਹੁਣ ਖੁਸ਼ੀ ਆਵੇ ਕਰਾਇਆ ਬੱਚਾ ਦੇ ਇਦਾਂ ਹੀ ਤੈਲ ਮਲ ਫੇਓ ਇਹਨਾਂ ਦੇ ਅਜੇ ਮੰਨ ਤੜਕੂ ਜੈ ਨਾ ਫੇ ਜਾਣਾ ਅਜੇ ਤੁਹਾਡੀ ਤਮੰਨਾ ਹੈ ਕਿ ਆਪਣਾ ਲੜਕਾ ਹੁਣ ਵਿਆਹ ਜਾਵੇ ਹਾਂਜੀ ਹਾਲਾ ਹੈ ਹੋਇਆ ਅੰਨੇ ਦੇ ਇਹ ਆ ਹੋਏ ਸਾਡਾ ਬੱਚਾ ਵਿਆਹਿਆ ਜਾਵੇ ਸਾਡੀ ਗਾਂ ਜੱਦ ਤਰੇ ਗਾਂ ਹਾਂਜੀ ਤੇ ਅਸੀਂ ਇਹ ਗੱਲ ਤੋਂ ਸਭ ਤੋਂ ਪਿਆਰੀ ਸ਼ਾਇਦ ਇਹੋ ਹੀ ਹੁੰਦੀ ਆ ਵੀ ਗਾਂ ਸਾਡੀ ਵੀ ਜੱਦ ਲੱਗੀ ਹੈ ਕੋਲ ਵਾਧੇ ਹਾਂਜੀ ਤੇ ਵਾਹੀਂ ਪੇ ਪੇ ਤਾਂ ਨਾਲ ਫਿਰ ਤਾਂ ਵਾੜੀ ਗਾਣੇ ਵੀ ਤੁਹਾਨੂੰ ਕੋਈ ਗੁੱਸਾ ਨਹੀਂਗਾ ਅਕਾਲੀ ਸਰਕਾਰ ਤੇ ਕਿ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਛੱਡਿਆ ਇਹਨਾਂ ਨੂੰ ਭਈ ਗੁੱਸੇ ਤੇ ਤੁਹਾਨੂੰ ਬੜਾ ਜੀ ਆਈ ਤੋਂ ਪਹਿਲਾਂ ਅਨੇ ਸਾਡਾ ਕੋਈ ਵੀ ਨਹੀਂਗਾ ਹਾਂ ਸਾਡੇ ਹੱਥੇ ਕੋਈ ਸਰਕਾਰ ਬਣਾ ਹੋਈ ਹਾਂਜੀ ਇਹਨਾਂ ਨੂੰ ਅਸੀਂ ਆਂਦੇ ਵੀ ਰਹੇ ਹਾਂ ਠੀਕ ਹੈ ਹਾਂਜੀ ਬਾਦ ਸਾਹਿਬ ਪਿੱਛੇ ਸਾਡੇ ਪਿੰਡ ਵੀ ਆਏ ਸੀ ਠੀਕ ਹੈ ਤੇ ਉਸ ਵੇ ਆਖਿਆ ਉਹਨਾਂ ਆਖਿਆ ਮੈਂ ਕਰੂੰਗਾ ਕੁਛ ਜੋ ਮੇਰੇ ਵਸਯਾ ਤੇ ਉਹਨੂੰ ਮੈਂ ਤਾਂ ਹੈ ਵੀ ਹਰਾਈ ਕਰਦਣਗੇ ਹਾਂਜੀ ਮਾਤਾ ਜੀ ਜਿੱਦਾਂ ਤੁਹਾਡੀ ਤਮੰਨਾ ਹੈ ਕਿ ਹਾਂਜੀ ਲੜਕੇ ਦਾ ਵਿਆਹ ਜਲਦੀ ਹੋਵੇ ਤੇ ਪਰਿਵਾਰ ਬਸੇ ਹਾਂਜੀ ਵਿਆਹ ਹੋਵੇ ਜੇ ਕਿਤੇ ਅਹੀਂ ਖੁਸ਼ੀ ਖਚਾਲੀ ਦੇਖੀ ਕਿ ਘਰ ਬਸੇ ਹਾਂਜੀ ਕਿ ਮੈਂ ਵੀ ਸੁੱਟ ਦੀ ਰੋਟੀ ਖਾਵਾਂ ਉਹ ਤਾਂ ਉਹਨੂੰ ਪਤਾ ਮੈਂ ਲੱਤ ਟੁੱਟੀ ਐ ਚੂੜਾ ਹਾਂਜੀ ਪਲੇਟ ਪਈ ਐ ਹਾਂਜੀ ਨਾਂ ਮ ਕੰਮ ਜੌਬੀ ਨਾ ਹੋਰ ਕੁੜੀਆਂ ਆਪ ਆਪਣੀ ਕਰੀਆਂ ਤੇ ਬਹੁਤ ਮੁਸ਼ਕਲ ਫਲਕਾ ਕੋਣ ਕੋਣੇ ਪਰਿਵਾਰ ਦੇ ਵਿੱਚ ਐ ਇਸ ਪਰਿਵਾਰ ਦੇ ਵਿੱਚ ਦੋ ਗੁੱਟੀਆਂ ਹੋ ਵਿਆਹਾਂ ਆਪ ਆਪਣੀ ਕਰੀਆਂ ਹਾਂਜੀ ਆਈਆਂ ਹੁਣ ਹਾਂਜੀ ਰਾਤਾ ਕਰਕੇ ਮਿਲਣਗੇ ਜੀ ਨਾ ਠੀਕ ਹੈ ਤੇ ਬਸ ਇਹ ਦੋ ਕਾਕੇ ਹੀ ਦੇ ਇੱਕ ਸ਼ਹੀਦ ਕਰਤਾ ਇਹ ਸੁਖਨਾ ਖਣਾ ਕੀ ਨਾਂ ਸੀ ਜਿਹੜਾ ਤੱਕ ਆਪਣਾ ਮੁੰਡਾ ਸ਼ਹੀਦ ਹੋਇਆ ਉਹਦਾ ਨਾਂ ਕੁਲਵਿੰਦਰ ਸਿੰਘ ਡਾਕਟਰ ਸਿੰਘ ਅੱਛਾ ਹਾਂਜੀ ਕਿਹੜੇ ਸਾਲ ਦੇ ਵਿੱਚ ਉਹ ਸ਼ਹੀਦ ਹੋਇਆ ਇਹਨਾਂ ਨੂੰ ਪਤਾ ਨਹੀਂ ਅੱਛਾ 1992 ਦੇ ਵਿੱਚ ਸ਼ਹੀਦ ਹੋਇਆ ਅੱਛਾ ਅੱਛਾ ਕੀ ਮਤਲਬ ਇੱਥੇ ਪਿੰਡ ਦੇ ਵਿੱਚ ਹੀ ਜਾ ਕੇ ਕਿਵੇਂ ਵੇਖੋ ਜੀ ਜਿੱਥੋਂ ਵੀ ਇਹਨਾਂ ਦਾ ਜੋਰ ਪੈਂਦਾ ਇਹਨਾਂ ਦੇ ਘਰੋਂ ਚੋਕੇ ਲੈ ਜਾਂਦੇ ਸੀ ਫੇਰ ਕਿਹੜੀ ਦਾਸ ਫਰਾਸ ਹੀ ਕੋਈ ਕਰੇ ਜੇ ਬਸ ਉਹ ਲਾਲ ਜਾਂ ਤਾਂ ਵੀ ਕੋਈ ਦਾਸ ਫਰਾਸ ਆਉਣੀ ਤੇ ਉਹ ਸੇਵਾ ਕਾਰ ਸੇਵਾ ਵਾਲਿਆਂ ਨਾਲ ਕੜੂਛਾ ਵਾਲ ਸੰਤਾਨਾ ਠੀਕ ਹੈ ਸੇਵਾ ਸਵਾਕ ਕਰਉਂਦਾ ਹੀ ਅੱਛਾ ਅੱਛਾ ਤੇ ਇਹਨਾਂ ਉੱਥੇ ਚੁੱਕਿਆ ਵਾ ਠੀਕ ਹੈ ਹਾਂਜੀ ਜਿਵੇਂ ਹੁਣ ਅੱਜ ਸਿੰਘ ਸਾਹਿਬ ਸਾਹਿਬका ਜ세ਦਰ ਪਾ ਜਤਪੀਰ ਸਿੰਘ ਆਏ ਆ ਤੇ ਪਹਿਲਾਂ ਵੀ ਪਰਿਵਾਰ ਦੇ ਨਾਲ ਮਿਲਦੇ ਚਲਦੇ ਰਹੇ ਆ ਉਹਨਾਂ ਮਾਰੇ ਵੀ ਕੁਝ ਕਹਿਣਾ ਚਾਹੁੰਦੇ ਹਾਂਜੀ ਅਸੀਂ ਉਹਨਾਂ ਦੇ ਬਹੁਤ ਧੰਨਵਾਦ ਆ ਸਾਡਾ ਤੇ ਇਹਦਾ ਬੱਚਾ ਹੱਡਾਣਾ ਹਾਂਜੀ ਇਹ ਤੇ ਇਹਨਾਂ ਨੇ ਇਹਨਾਂ ਦਾ ਮੇਲਾ ਗੱਲਾ ਹੈ ਜਿਆਦਾ ਤੇ ਇਹਨਾਂ ਦੇ ਬਹੁਤ ਧੰਨਵਾਦ ਆ ਕਿਉਂ ਸਾਡੀ ਨੂੰ ਸੋਜੀ ਤੇ ਲੈਣ ਲੱਗੇ ਇਹਨਾਂ ਲੈਂਦੇ ਆ ਨਾ ਹਾਂਜੀ ਹਾਂਜੀ ਅੱਜ ਤੋਂ ਪਹਿਲਾਂ ਹੱਥੋਂ 2-4 ਸਾਲ ਪਹਿਲਾਂ ਕਿਸੇ ਨੇ ਪੁੱਛਿਆ ਨਹੀਂ ਇਹ ਪਹਿਲਾਂ ਤੋਂ ਰਹਿ ਨਾਲ ਸੰਤਰਾ ਭੁਨੀਤਵਰ ਨਤਵਰ ਹਾਂਜੀ ਹਾਂਜੀ ਆ ਪਹਿਲਾਂ ਠੀਕ ਮਾਤਾ ਜੀ ਹੋਰ ਵਾਰ ਬੈਠੀਆਂ ਸੰਗਤਾਂ ਨੂੰ ਆਪਣੇ ਲੋਕੀ ਸਨੇਹਾ ਦੇਣਾ ਚਾਹੁੰਦੇ ਆ ਮੇਰੇ ਹੁਸ਼ਨਿਆ ਵੀ ਪਰਮ ਭਰਾ ਨੇ ਚਲੋ ਬੜੀ ਮਿੱਠੀ ਕੀਤੀ ਤੇ ਕਰਨ ਗਾਂ ਸਾਥ ਦੇਣ ਤੇ ਪੁੱਤ ਨੂੰ ਹਰਿਆਈ ਕਰਾਉਣਾ ਠੀਕ ਹੈ ਧੰਨਵਾਦ ਜੀ ਤਨਵਦੀਆਂ ਮਾਤਾ ਜਗੀਰ ਕੌਰ ਅਤੇ ਬਾਪੂ ਜੀ ਬੰਤਾ ਸਿੰਘ ਜਿਹਦੇ ਜਿਨ੍ਹਾਂ ਨੇ ਆਪਣੇ ਲੜਕੇ ਬਾਰੇ ਕਿਉਂ ਵੀ ਗੱਲਬਾਤ ਜੀ ਉਹਨਾਂ ਦੀ ਮੰਦੀ ਤਮੰਨਾ ਉਹ ਦੱਸੀ ਆ ਕਿਉਂਕਿ ਤੁਸੀਂ ਆਪ ਹੀ ਦੇਖ ਲਓ ਅੱਜ ਤੋਂ 25 ਸਾਲ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਹੁੰਦਾ ਤਾਂ ਅੱਜ ਘਰ ਦੇ ਵਿੱਚ ਹਲਪਾਲ ਹੋਣੀ ਸੀ ਪਰ ਫੇਰ ਵੀ ਆਸਿਆ ਕੇ ਪ੍ਰਮਾਤਮਾ ਉਹਨਾਂ ਦਾ ਜਲਦੀ ਤੋਂ ਜਲਦੀ ਪੱਕੀ ਰਿਹਾਈ ਕਰਾਵੇ ਤੇ ਉਹ ਆਪਣਾ ਕਾਰ ਬਸਾਉਣ ਤੇ ਪਰਿਵਾਰ ਦੀ ਅੱਗੇ ਕੁੱਲ ਵਧੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਾਂ ਇਸ ਤੋਂ ਪਹਿਲਾਂ ਇਹ ਗਰਦੀਪ ਸਿੰਘ ਜੀ ਖੇੜਾ ਉਹਨਾਂ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਕੇ ਆਟੀਆਂ ਤੇ ਹੁਣ ਉਹਨਾਂ ਦੇ ਭੈਣ ਜੀ ਬੀਬੀ ਪਰਮਜੀਤ ਕੌਰ ਜੀ ਉਹਨਾਂ ਨਾਲ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਅੱਜ ਤਿੰਨ ਦਿਨ ਹੋ ਗਏ ਆ ਗਰਦੀਪ ਸਿੰਘ ਨੂੰ ਹੁਣਾਂ ਨੂੰ ਰਿਹਾ ਹੋਇਆ ਨੂੰ ਤੇ ਕਿਵੇਂ ਲੱਗਦਾ ਕਦਮ ਹੋਰ ਸਾਨੂੰ ਬਹੁਤ ਖੁਸ਼ੀ ਮਿਲਣ ਲਈ ਆ ਪਰਮਾਤਮਾ ਨੇ ਸਾਨੂੰ ਖੁਸ਼ੀ ਦਿੱਤੀ ਆ ਦੇਖਣਾ ਇਹ ਸ਼ੁਕਰ ਕਰਦੇ ਆ ਬਾਜਾ ਵਾਲੇ ਦਾ ਜਿਨ੍ਹਾਂ ਸਾਨੂੰ ਖੁਸ਼ੀ ਵੇਖਣ ਨੂੰ ਦਿੱਤੀ ਜੋ ਤੇ ਜਦੋਂ ਇਹ ਗ੍ਰਿਫਤਾਰ ਹੋਏ ਸੀ ਜਾਂਜ ਤੋਂ 25 ਸਾਲ ਵੱਲ ਕਿੰਨੀ ਉਮਰ ਸੀ ਤੁਹਾਡੀ ਅਕਲ ਭਾਈ ਮੈਂ ਤਾਂ ਛੋਟੀ ਹਾਂ ਉਹਨਾਂ ਕੋਈ ਹੋਊ 12 13 ਸਾਲ ਦੀ ਅੱਛਾ ਤੁਹਾਨੂੰ ਕੀਤਾ ਭਾਈ ਇਹ ਨਾ ਨਹੀਂ ਜੇਤਾ ਭਾਈ ਅੱਛਾ ਹਾਂਜੀ ਤੇ ਕੀ ਹੋਇਆ ਸੀਗਾ ਪਤਾ ਨਹੀਂ ਆ ਨਹੀਂ ਪਤਾ ਮੰਨ ਤੇ ਤੁਸੀਂ ਜਦੋਂ ਕਰਨਾਟਕਾ ਦੇ ਵਿੱਚ ਜਾਂਦੇ ਰਹੇ ਆ ਤੇ ਏਡੀ ਦੂਰ ਮਤਲਬ ਕਾਫੀ ਤਕਲੀਫ ਹੋਣੀ ਹਾਂਜੀ ਇਹੋ ਸਾਡੇ ਤੇ ਏਡੀ ਦੂਰ ਜਾ ਨਹੀਂ ਸਕੇ ਦਿੱਲੀ ਜਾਂਦੇ ਰਹੇ ਆ ਉਹ ਕਿਉਂਦੇ ਨੇ ਏਡੀ ਦੂਰ ਨਹੀਂ ਪਹੁੰਚ ਸਕੇ ਮਾਤਾ ਪਿਤਾ ਬਜ਼ੁਰਗ ਹੀ ਹਾਂਜੀ ਇਹਨਾਂ ਦਾ ਹੀ ਪਤਾ ਲੈਂਦੇ ਲੁੰਦੇ ਰਹੇ ਆ ਆਪਾਂ ਇੱਥੇ ਤੇ ਹੁਣ ਜਦਾਂ ਹੀ ਮਾਤਾ ਪਿਤਾ ਨਾਲ ਗੱਲ ਕੀਤੀ ਸੀ ਉਹਨਾਂ ਦੀ ਅੱਜ ਵੀ ਤਮੰਨਾ ਕਿ ਉਹਨਾਂ ਦਾ ਲੜਕਾ ਰਿਆ ਹੋ ਜੇ ਪੱਕਾ ਤੁਹਾਡਾ ਪੁੱਰਾ ਤਾਂ ਗਰਦੀਪ ਸਿੰਘ ਜੀ ਤੇ ਉਹ ਆਪਣਾ ਘਰ ਬਸਾਵੇ ਹਾਂਜੀ ਇਹੋ ਹੀ ਸਾਡੀ ਵੀ ਆਸਾ ਇਹੋ ਹੀ ਹੈ ਤੇ ਇਹਨਾਂ ਨੂੰ ਪੱਕੀ ਰਿਹਾਈ ਮਿਲੇ ਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਤੇ ਅਕਾਲ ਚិនਨ ਰਹੀ ਜਦਾਂ ਬਾਹਰ ਬੈਠੀ ਦੁਨੀਆ ਦੇ ਵਿੱਚ ਪੂਰੇ ਸਿੱਖਾਂ ਨੂੰ ਸਿੱਖ ਜਥੇਬੰਦੀਆਂ ਨੂੰ ਕੀ ਕਹਿਣਾ ਚਾਹੁੰਦੇ ਆ ਉਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇੰਨਾ ਸੰਯੋਗ ਦਿੱਤਾ ਤੇ ਤੈ ਤੈ ਚਲੋ ਧੰਨਵਾਦ ਕਰਦੇ ਇਹਨਾਂ ਦਾ ਤਾਂ ਵਾਹਿਗੁਰੂ ਜੀ ਬਿਜਿ ਬੋਤ ਬੋਤ ਵਾਹਿਗੁਰੂ ਜੀ ਕਾ ਖਾਲਸਾ ਰਹਿ ਜੀ ਬੋਧ ਹਾਂਜੀ ਦਰਸ਼ਕੋ ਹੁਣੇ ਆਪਾਂ ਗੱਲ ਕਰਦੇ ਸੀ ਪਰਮਜੀਤ ਕੌਰ ਜੀ ਦੇ ਨਾਲ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਲਵਜੀਤ ਸਿੰਘ ਜੀ ਜਿਹੜੇ ਸਰਦਾਰ ਗਰਦੀਪ ਸਿੰਘ ਖੇੜਾ ਉਹਨਾਂ ਦੇ ਤਾਇ ਦੇ ਲੜਕੇ ਹਨ ਤੇ ਸ਼ਰੋਣੀ ਕਮੇਟੀ ਚੋਂ ਸਰਵਿਸ ਕਰਕੇ ਹੁਣੇ-ਹੁਣੇ ਰਿਟਾਇਰ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਲਵਜੀਤ ਸਿੰਘ ਜੀ ਜਿੱਦਾਂ ਗਰਦੀਪ ਸਿੰਘ ਖੇੜਾ ਹੁਣ ਤਿੰਨ ਦਿਨ ਹੋ ਗਏ ਘਰ ਆ ਤੇ ਤੁਸੀਂ ਵੀ ਆਪਾਂ ਪਹਿਲਾਂ ਵੀ ਮਿਲ ਚੁੱਕੇ ਆ ਤੇ ਕੀ ਮਹਿਸੂਸ ਕਰਦੇ ਤੁਸੀਂ ਅਹੀਂ ਬਹੁਤ ਖੁਸ਼ ਹਾਂ ਕੋਈ ਨਹੀਂ ਤੇ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ ਹਾਂਜੀ ਸਾਡੇ 25 ਸਾਲ ਜਿਹੜੇ ਪਰੋਲ ਦਾ ਸੁੱਟੀ ਆਏ ਹੈ ਹਾਂ ਤੇ ਮਹਾਰਾਜ ਨੇ ਕਰਦਿਆਂ ਚਲੋ ਹੁਣ ਪੱਕੀ ਸੁੱਟੀ ਮਿਲ ਜੰਦਾ ਹਾਂਜੀ ਤੇ ਜਿੱਦਾਂ ਹੁਣ ਜਦੋਂ 25 ਸਾਲ ਤੁਹਾਨੂੰ ਜਦੋਂ ਮਤਲਬ ਇਹ ਹੈਪਨ ਹੋਇਆ ਇਹਨਾਂ ਨੂੰ ਫੜ ਕੇ ਲੱਗਿਆ ਕੋਈ ਚੇਤਾ ਕੀ ਹੋਇਆ ਸੀਗਾ ਸਾਰਾ ਕੁਝ ਨਹੀਂ ਉਸ ਤੋਂ ਬਾਅਦ ਤਾਂ ਕੋਈ ਨਹੀਂ ਬਾਹਰ ਹਿੰਦੇ ਦਿੱਲੀ ਸੀ ਇਹ ਦਿੱਲੀ ਹੀ ਮੈਨੂੰ ਕਰਨਾਟਕ ਅੱਛਾ ਹਾਂਜੀ ਤੇ ਤੁਹਾਨੂੰ ਇਦਾਂ ਪਤਾ ਕਦੋਂ ਪਤਾ ਲੱਗਾ ਵੀ ਇਹਨਾਂ ਨੂੰ ਉੱਥੇ ਮਤਲਬ ਸਜਾਉ ਕੋਈ ਆ ਤੇ ਤੁਹਾਨੂੰ ਕਾਫੀ ਚਿਰ ਬਾਅਦ ਲੱਗਾ ਪਤਾ ਕਾਫੀ ਚਿਰ ਬਾਅਦ ਨੇ ਹਾਂਜੀ ਅੱਛਾ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਕਿੱਥੇ ਆ ਠੀਕ ਹੈ ਹਾਂਜੀ 12 ਫੇਕ 12 ਕੋਰਾਂ ਪੜੀਆਂ ਹਾਂ ਉਹ ਤੋਂ ਬਾਅਦ ਪਤਾ ਲੱਗਾ ਦਿੱਲੀ ਆ ਮਤਲਬ ਤੁਹਾਨੂੰ ਇਹ ਵੀ ਨਹੀਂ ਸੀ ਪਤਾ ਕਿ ਕਰਨਾਟਕਾ ਦੀ ਜੇਲ੍ਹ ਚ ਹੈ ਨਹੀਂ ਬਾਅਦ ਵਿੱਚ ਪਤਾ ਲੱਗਾ ਬਾਅਦ ਵਿੱਚ ਪਤਾ ਲੱਗਾ ਤੇ ਫੇ ਕਰਨਾਟਕਾ ਗਏ ਕਦੇ ਮਿਲਣ ਜਾਂ ਦਿੱਲੀ ਨਹੀਂ ਕਿਤੇ ਨਹੀਂ ਕਿ ਇੱਥੇ ਸਿਰ ਮਿਲ ਗਿਆ ਪਾਈ ਜਾਣ ਦਿੱਲੀ ਹਾਂਜੀ ਇੰਦੀ ਅਥੇ ਅਮਰਸਰ ਸਾਹਿਬ ਅਮਰਸਰ ਸਾਹਿਬ ਕੀ ਹੋਈ ਹੈ ਹਾਂਜੀ ਅੱਛਾ ਤੇ ਹੁਣ ਜਦੋਂ ਅੱਜ ਇਹ ਰਹਾ ਹੋ ਕੇ ਆਇਆ 28 ਦਿਨ ਦੀ ਪਰੋਲ ਤੇ ਤੇ ਉਸ ਤੋਂ ਬਾਅਦ ਫੇਰ ਇਹਨਾਂ ਨੂੰ ਜਾਣਾ ਪੈਣਾ ਤੁਸੀਂ ਕੀ ਸੋਚਦੇ ਆ ਕਿ ਇਹਨਾਂ ਦੀ ਪੱਕੀ ਰਿਹਾਈ ਹੋਣੀ ਚਾਹੀਦੀ ਨਹੀਂ ਹਾਂਜੀ ਇਹ ਤੇ ਚਾਹੁੰਦੇ ਪੱਕੀ ਹੋ ਜਾਏ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਇਹੋ ਚਾਹੁੰਦਾ ਚਾਹੁੰਦੇ ਆ ਤੇ ਮਤਲਬ ਇਹਨਾਂ ਦੀ ਪੱਕੀ ਰਿਹਾਈ ਕਰ ਲਓ ਹਾਂ ਬਰ ਬਹਿਰ ਵਈ ਕਰੋ ਠੀਕ ਹੈ ਤੇ ਜਿਲ੍ਹੀਆਂ ਜਥੇਬੰਦੀਆਂ ਨੇ ਇਹਨਾਂ ਦੇ ਕੇਸ ਦੇ ਵਿੱਚ ਮਦਦ ਕੀਤੀ ਆ ਬਾਹਰੋਂ ਵੀ ਇੱਕ ਵਾਫਤਾ ਕੇ ਸਰਕਾਰ ਨੂੰ ਮਿਲਿਆ ਆ ਤੇ ਉਹਨਾਂ ਬਾਰੇ ਕਿ ਜਿਹੜੀਆਂ ਜਥੇਬੰਦੀਆਂ ਇਨਵੋਲ ਹੋਈਆਂ ਮੈਂ ਸਾਰੇ ਜੀ ਸਿਧੀਆਂ ਦਾ ਧੰਨਵਾਦ ਕਰਦੇ ਹਾਂ ਬਹੁਤ ਮੈਂ ਕੀਤੀ ਪਿਆਰ ਹੋਈ ਉਹਨਾਂ ਨੇ ਹਾਂਜੀ ਤੇ ਗਾਮੇ ਕਰਨ ਦੇ ਵਧੀਆ ਸਾਹ ਦਾ ਠੀਕ ਹੈ ਹਾਂਜੀ ਤੇ ਜਿੱਦਾਂ ਸਰਕਾਰ ਜਿੱਦਾਂ ਕਈ ਲੋਕਾਂ ਨੂੰ ਇਤਰਾਜ਼ ਹੋ ਜਾਂਦਾ ਜੀ ਇੱਥੇ ਸਰਕਾਰ ਵੀ ਅਕਾਲੀਆਂ ਦੀ ਆ ਤੇ ਸਿੰਘ ਵੀ ਅੰਦਰ ਆ ਤੇ ਸਰਕਾਰ ਨੂੰ ਵੀ ਕੋਈ ਕਹਿਣਾ ਚਾਹੁੰਦੇ ਨਹੀਂ ਉਹਦੇ ਬਾਰੇ ਕੀ ਕਹਿਣਾ ਦੱਸ ਹਾਂਜੀ ਨਹੀਂ ਵੀ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆਪੀਲ ਕਰਨੀ ਚਾਹੁੰਦੇ ਚਲੋ ਵੀ ਮਤ ਕਰਨ ਨਾਲ ਹਾਂਜੀ ਸੇਤੀ ਹੋ ਜੇ ਜਰ ਠੀਕ ਹੈ। ਧੰਨਵਾਦ ਜੀ ਨਮਨ ਸਿੰਘ ਜੀ। ਵਾਹਿਗੁਰੂ ਜੀ ਕੀ ਫਤਹ। ਮੁਬਾਈ ਗੁਰਦੀਪ ਜੀ। ਜੀ ਦਰਸ਼ਕੋਂ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਆਂ ਗਰਦੀਪ ਸਿੰਘ ਜੀ ਖੇੜਾ ਜੀ ਦੇ ਭਾਂ ਜਿਹਦੇ ਨਾਲ ਗੁਰਜੋਤ ਸਿੰਘ ਜੀ ਦੇ ਨਾਲ ਤੇ ਜਿਹੜੇ ਆਂਦੀ ਉਮਰ ਹੁਣ 17 ਸਾਲ ਹੈ ਉਹਨਾਂ ਨੂੰ ਪੁੱਛਦੇ ਆਂ ਕਿ ਮਹਿਸੂਸ ਕਰਦੇ ਹਾਂਜੀ ਵਾਹਿਗੁਰੂ ਜੀ ਕੀ ਫਤਹ। ਵਾਹਿਗੁਰੂ ਜੀ ਕੀ ਫਤਹ। ਗੁਰਜੋਤ ਸਿੰਘ ਜਿੱਦਾਂ ਤੁਹਾਡੇ ਮਾਮਾ ਜੀ ਰਿਹਾ ਹੋ ਕੇ ਆਇਆ ਸੀ ਤੇ ਤਿੰਨ ਦਿਨ ਹੋ ਗਏ ਤੇ ਕਿਵੇਂ ਤੁਹਾਨੂੰ ਮਤਲਬ ਹੁਣ ਤੁਸੀਂ ਸੋਚਦੇ ਆਂ ਬਈ 25 ਸਾਲ 6 ਮਹੀਨੇ ਤੋਂ ਬਾਅਦ ਉਹ ਆਏ ਆ। ਹਾਂ ਜੀ ਜਦੋਂ ਮੈਂ ਤੋਂ ਮੈਂ ਪਹਿਲਾਂ ਦੇਖ ਜੀ ਉਲਝੇ ਸੀ ਅੱਜ ਕਿਦਾਂ ਮਹਿਸੂਸ ਕਰਦਾ ਬਹੁਤ ਵਧੀਆ ਮਹਿਸੂਸ ਕਰ ਰਿਹਾ ਮੈਂ ਪਹਿਲਾ ਇਹਨੂੰ ਦਿੱਲੀ ਦੇ ਕਰੀਬ ਛੋਟਾ ਜਿਹਾ ਉਦੋਂ ਮੇਰੇ ਪੋਤੋ ਦਾ ਮਿਲਿਆ ਸੀ ਹੁਣ ਅਮਰਸਾਰੀ ਮਿਲਿਆ ਇਹਨਾਂ ਨਾਲ ਮੁਲਾਕਾਤ ਕੀਤੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਉਹਨੂੰ ਹਾਂ ਹਾਂ ਜੀ ਤੇ ਤੁਸੀਂ ਜੋ ਉਹਨਾਂ ਨੇ ਪੰਥ ਦੀ ਸੇਵਾ ਕੀਤੀ ਆ ਜੋ ਉਹਨਾਂ ਨੇ ਪੰਥ ਦੀ ਸੇਵਾ ਕੀਤੀ ਆ ਉਹਦੇ ਬਾਰੇ ਜਿੱਦਾਂ ਤੁਹਾਨੂੰ ਕੋਈ ਜਿੱਦਾਂ ਪਤਾ ਵੀ ਕੀ ਕੀਤਾ ਉਹਨਾਂ ਨੇ ਕਾਤੇ ਉਹਨਾਂ ਨੂੰ ਫੜਿਆ ਨੇ ਵੀ ਨੂੰ ਪੂਰੀ ਜਾਣਕਾਰੀ ਨਹੀਂ ਹੈ ਜੋ ਉਹਨਾਂ ਨੂੰ ਪਤਾ ਹੋਊਗਾ ਬਾਕੀ ਬਹੁਤ ਇੱਕ ਸੇਵਾ ਕੀਤੀ ਉਹਨਾਂ ਨੇ ਇੱਕ ਕਾਮਲੀ ਕੀਤੀ ਆ ਇਹਨਾਂ ਸਾਨੂੰ ਵੀ ਸਿੱਖਣ ਨੂੰ ਮਿਲਦਾ ਕੁਝ ਸਾਹੀ ਵੀ ਗਾ ਤੋਂ ਇਧਰ ਕੋਈ ਵਧੀਆ ਕੰਮ ਕਰਾਂ ਇਸ ਜਿਹੜਾ ਕਾਮਲੀ ਤੇ ਹੁਣ ਜਦੋਂ ਤੁਸੀਂ ਉਹਨਾਂ ਦੀ ਪੱਕੀ ਰਿਹਾਈ ਲਈ ਜਦੋਂ ਕੁਝ ਕਹਿਣਾ ਚਾਹੁੰਦੇ ਆ ਪਲੇਮ ਵੱਲੋਂ ਹਾਂਜੀ ਕਹਿਣਾ ਤੋਂ ਸਰਕਾਰ ਨੂੰ ਪੱਕੀ ਰਿਹਾਈ ਕੀਤੀ ਜਾਏ ਜਿਹੜਾਡੇ ਨਾਨਾ ਨਾਨੀ ਵੀ ਬਜ਼ੁਰਗ ਹੈ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਉਹਨਾਂ ਦਾ ਜੀਨਿਸ ਪਜ ਗਈ ਉਹਨਾਂ ਦੀ ਉਮਰ ਹਾਂ ਐਸੀ ਹੈ ਉਹਨਾਂ ਨੂੰ ਪੱਕੀ ਰਿਹਾਈ ਦੀ ਕਰ ਦਈਓ ਪੀਲੇ ਤੇ ਜਦੋਂ ਨਾਨਾ ਨਾਨੀ ਇੱਥੇ ਇਕੱਲੇ ਸੀ ਉਦੋਂ ਤੁਸੀਂ ਜਿੱਦਾਂ ਮਿਲਣ ਆਉਂਦੇ ਸੀ ਉਹਨਾਂ ਨੂੰ ਦੇਖ ਦੇ ਦੇਖਭਾਲ ਕਰਦੇ ਹਾਂ ਹਾਂ ਜੀ ਹਾਂ ਜੀ ਤੁਸੀਂ ਦੇਖਣ ਆਈਦਾ ਸੀ ਹਾਂ ਹਰ ਮਹੀਨੇ ਮਹੀਨੇ 10 ਦਿਨ ਪਿੱਛੇ ਦੇਖਣਾ ਆ ਜਾਂਦੇ ਸੀ ਤੁਸੀਂ ਠੀਕ ਆ ਹਾਂ ਜੀ ਤੇ ਬਾਹਰ ਬੈਠੀਆਂ ਸੰਗਤਾਂ ਨੂੰ ਜਿੱਥੇ ਪੂਰੀ ਦੁਨੀਆ ਦੇ ਸਿੱਖ ਵਸਦੇ ਆ ਆਕਾਲ ਚਨਨ ਰਾਈ ਕੀ ਕਹਿਣਾ ਚਾਹੁੰਦੇ ਬਾਹਰ ਬੈਠੇ ਸੰਗਤਾਂ ਨੇ ਵੀ ਇਹਨਾਂ ਦਾ ਬਹੁਤ ਸੰਜੋਗ ਦਿੱਤਾ ਸਾਰਾ ਵਧੀਆ ਸੰਜੋਗ ਦਿੱਤਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਜਿਵੇਂ ਦਰਸ਼ਕੋ ਆਪ ਜੀ ਨੂੰ ਪਾਇ ਗਰਦੀਪ ਸਿੰਘ ਜੀ ਖੜਾ ਉਹਨਾਂ ਦੇ ਗ੍ਰਹਿ ਵਿਖੇ ਆ ਅਸੀਂ ਤੇ ਉਹਨਾਂ ਦੇ ਮਾਤਾ ਪਿਤਾ ਵੀ ਸਾਡੇ ਨਾਲ ਆ ਸਰਦਾਰ ਬੰਤਾ ਸਿੰਘ ਜੀ ਬੀਬੀ ਜਗੀਰ ਕੌਰ ਜੀ ਤੇ ਨਾਲ ਖੜੇ ਹਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਫ ਕਾ ਜਥੇਦਾਰ ਸਿੰਘ ਸਾਹਿਬ ਜਸਪੀਰ ਸਿੰਘ ਜੀ ਜੋਗਵਾਨੀ ਇੰਟਰਨੈਸ਼ਨਲ ਪੰਥਕ ਦਲ ਦੇ ਵੀ ਆ ਤੇ ਗਰਦੀਪ ਸਿੰਘ ਜੀ ਖੜਾ ਉਹਨਾਂ ਦੇ ਪਾਂਡਿਆ ਤੇ ਵੀ ਬੀ ਪਰਮਜੀਤ ਕੌਰ ਜੀ ਹੰਜੀ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਅੱਜ ਆਪਾਂ ਦੂਸਰੀ ਵਾਰ ਆਏ ਆ ਗਰਦੀਪ ਸਿੰਘ ਜੀ ਖੜਾ ਜੀ ਨੂੰ ਮਿਲਣ ਵਾਸਤੇ ਤੇ ਚਾਰ ਦਿਨ ਉਹ ਚੱਲੇ ਆ ਰਿਹਾਈ ਦੇ ਤੇ ਇਹਨਾਂ ਦੀ ਰਿਹਾਈ ਕਿਵੇਂ ਹੋਈ ਤੇ ਕੀ ਕਹਿਣਾ ਚਾਹੁੰਦੇ ਹਾਂ ਪਹਿਲਾਂ ਤਾਂ ਮੈਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਬੜੇ ਲੰਮੇ ਸਮੇਂ ਬਾਅਦ ਲਗਭਗ 70 ਸਾਲਾਂ ਦਾ ਸਮਾਂ ਜੇਲ੍ਹ ਦੀਆਂ ਕਾਲ ਗੁਰਸ਼ੜੀਆਂ ਵਿੱਚ ਵੱਖ-ਵੱਖ ਜੇਲਾਂ ਵਿੱਚ ਭਾਈ ਗੁਰਦੀਪ ਸਿੰਘ ਨੇ गुਜ਼ਾਰਿਆ ਹੈ ਇਹ ਪਤਾ ਬੜਾ ਕਠਿਨ ਸਮਾਂ ਸੀ ਔਰ ਪਰਿਵਾਰ ਲਈ ਉਸ ਤੋਂ ਵੀ ਕਠਿਨ ਸੀ ਕਿ ਇਥੋਂ ਛੇਵੇਂ ਪ੍ਰਾਂਤ ਵਿੱਚ ਜਾਣਾ ਤੋ ਇਹਨਾਂ ਦੇ ਰਹੀਂ ਗੱਡੀਆਂ ਤੇ ਰਹੀਂ ਕਿਤੇ ਰਾਤ ਕੱਟਣੀ ਕਿਤੇ ਜਾ ਕੇ ਮੁਲਾਕਾਤ ਕਰਨੀ ਵਾਪਸ ਮੁੜਨਾ ਬੜੋ ਔਖਾ ਸਮਾਂ ਸੀ ਔਰ ਇਹਦੀਆਂ ਦੋਵੇਂ ਹੀ ਭੈਣਾਂ ਬਜ਼ੁਰਗ ਪਿਤਾ ਮਾਤਾ ਵਾਰੀ-ਵਾਰੀ ਸਾਰੇ ਜਾਂਦੇ ਰਹੇ ਔਰ ਮੈਂ ਸਮਝਦਾ ਕਿ ਸਹੀ ਤੌਰ ਤੇ ਪਾਈ ਗੁਰਦੀਪ ਸਿੰਘ ਦੇ ਕੇਸ ਦੀ ਕਾਨੂੰਨੀ ਪੈਰਵਾਈ ਸਹੀ ਢੰਗ ਨਾਲ ਨਹੀਂ ਹੋ ਸਕੀ ਕਿਉਂਕਿ ਆਪਾਂ ਵੇਖ ਹੀ ਰਹੇ ਹਾਂ ਕਿ ਖੋ ਤਾਂ ਪਰਿਵਾਰ ਇਨੀ ਯੋਗਾ ਨਹੀਂ ਸੀ ਕਿ ਆਪ ਸਾਰੀ ਭੱਜ ਨੱਠ ਕਰਕੇ ਮੁਲਾਕਾਤਾਂ ਵੀ ਕਰਦਾ ਔਰ ਕਾਨੂੰਨੀ ਪੈਰਵਾਈ ਵੀ ਕਰਦਾ ਫਿਰ ਵੀ ਬਹੁਤ ਜਫਰ ਜਲ ਕੇ ਜੋ ਕੁਝ ਇਹਨਾਂ ਦਾ ਜੇਲ੍ਹਾਂ ਦਾ ਸਫਰ ਹੈ ਬੜਾ ਕਠਨ ਰਿਹਾ ਹੈ ਪਿਛਲੇ ਲਗਭਗ 11 2011 12 ਤੋਂ ਵਿੱਚ ਮੇਰੇ ਨਾਲ ਸੰਪਰਕ ਹੋਇਆ ਸੀ ਭਾਈ ਗੁਰਦੀਪ ਸਿੰਘ ਦਾ ਉਸ ਤੋਂ ਬਾਅਦ ਅਸੀਂ ਸੰਪਰਕ ਵਿੱਚ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਦਿੱਲੀ ਸ਼ਿਕਗੁਰਦਾਰ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕੀਤੀ ਸੀ ਉਹ ਵੀ ਇੱਥੇ ਸਖਤ ਸਾਡੇ ਨਾਲ ਖੜੇ ਔਰ ਅਸੀਂ ਇਕੱਠਿਆਂ ਹੋ ਕੇ ਰਲ ਕੇ ਪੈਰਵਾਈ ਕੀਤੀ ਉਸ ਤੋਂ ਬਾਅਦ ਇੰਟਰਨੈਸ਼ਨਲ ਪੰਥਕ ਦਲ ਦੇ ਸਮੂਹ ਵਰਕਰ ਮੈਨੂੰ ਬਾਰ-ਬਾਰ ਪੁੱਛਦੇ ਸੀ ਕਿ ਹੁਣ ਤੇ ਭਾਈ ਗੁਰਦੇਵ ਸਿੰਘ ਔਰ ਭਾਈ ਦਵਿੰਦਰਪਾਲ ਸਿੰਘ ਆਦੇਸ ਸਿੰਘ ਸਾਰੇ ਜੇਲ੍ਹਾਂ ਵਿੱਚ ਪੰਜਾਬ 'ਚ ਨੇ ਤੇ ਹੁਣ ਤੇ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ ਤੇ ਨਹੀਂ ਤੇ ਸਾਰੀਆਂ ਨੀਲਾ ਨੀਲੀਆਂ ਪੱਗਾਂ ਵਾਲਿਆਂ ਦੀ ਸਾਡੀ ਸਭ ਦੀ ਬਦਨਾਮੀ ਆ ਮੈਂ ਕਿਹਾ ਤੁਸੀਂ ਇੱਥੇ ਆਓ ਆਪਾਂ ਸਾਰੇ ਬੈਠ ਕੇ ਗੱਲ ਕਰਦੇ ਹਾਂ ਤੇ ਦਸਕ ਸਿੰਘਾਂ ਦਾ ਵਫਦ ਇੰਟਰਨੈਸ਼ਨਲ ਪੰਥਕ ਦਲ ਦਾ ਪਿਛਲੇ 2 ਮਹੀਨਿਆਂ ਤੋਂ ਇੱਥੇ ਪੰਜਾਬ ਆਇਆ ਹੋਇਆ ਹੈ ਪਹਿਲੀ ਮੀਟਿੰਗ 18 ਮਾਰਚ ਨੂੰ ਹੋਈ ਸੀ ਡਿਪਟੀ ਸੀਐਮ ਦੇ ਨਾਲ ਲਗਭਗ 2 ਘੰਟੇ ਬੜੀ ਗਰਮੀ ਬਹਿਸ ਹੋਈ ਗਰਮਾ ਗਰਮ ਬਹਿਸ ਹੋਈ ਪੰਜਾਬ ਦੇ ਹੋਰ ਮੁੱਦਿਆਂ ਤੇ ਵੀ ਅਤੇ ਸਿੱਖ ਕੱਦੀਆਂ ਤੇ ਵਿਸ਼ੇਸ਼ ਤੌਰ ਤੇ ਜਿਹਦੇ ਤੇ ਰਿਜ਼ਲਟ ਵਜੋਂ ਛਿੱਟੇ ਵਜੋਂ ਉਹਨਾਂ ਨੇ ਇਹੀ ਕਿਹਾ ਕਿ ਸਾਨੂੰ ਥੋੜਾ ਜਿਹਾ ਸਮਾਂ ਦਿਓ ਤੇ ਇਹਦਾ ਜਲਦੀ ਤੁਹਾਨੂੰ ਅਸੀਂ ਰਿਜ਼ਲਟ ਦੇਾਂਗੇ ਜਦੋਂ 10-12 ਦਿਨ 15 ਦਿਨ ਲੰਘ ਗਏ ਫਿਰ ਦੁਬਾਰਾ ਮੀਟਿੰਗ ਕੀਤੀ ਕਿ ਨਹੀਂ ਕੁਝ ਹੋਇਆ ਜੋ ਕੁਝ ਹੋਣਾ ਚਾਹੀਦਾ ਤੁਸੀਂ ਕਿਹਾ ਸੀ ਉਹਦੇ ਚ ਕੁਝ ਵੀ ਪ੍ਰਾਪਤੀ ਨਹੀਂ ਹੋਈ ਤਾਂ ਫਿਰ ਇਹਨਾਂ ਨੇ ਕੋਈ ਅਫਸਰ ਸੱਦੇ ਸਦਕੇ ਉਹਨਾਂ ਨਾਲ ਸਲਾਮਸ਼ੁਬਰਾ ਕਰਕੇ ਸਾਨੂੰ ਕਿਹਾ ਕਿ ਹੁਣ 5-6 ਦਿਨਾਂ ਦੇ ਵਿੱਚ ਵਿੱਚ ਇਹਨਾਂ ਦੋਨਾਂ ਦੀ ਰਿਹਾਈ ਹੋ ਜੂ ਤੇ ਬਾਕੀ ਕਦੀਆਂ ਵਾਸਤੇ ਵੀ ਪ੍ਰਕਿਰਿਆ ਬਹੁਤ ਤੇਜ਼ ਕਰ ਦਿੰਨੇ ਆ ਤੇ ਬਹੁਤ ਜਲਦੀ ਹੋਰ ਵੀ ਰਿਹਾਈਆਂ ਹੋਣਗੀਆਂ ਸੋ ਇਸ ਦੌਰਾਨ ਪਾਈ ਦਵਿੰਦਰਪਾਲ ਸਿੰਘ ਤੇ ਪਾਈ ਗੁਰਦੀਪ ਸਿੰਘ ਦੀ ਜੋ ਮਾਉਲੀ ਜੀ ਰਾਹਤ ਮਿਲੀ ਹੈ ਰੋਲ ਮਿਲ ਸਕੀ ਹੈ ਹੁਣ ਸਾਡੀ ਕੋਸ਼ਿਸ਼ ਹੋਵੇਗੀ ਕਿ ਇਹਨਾਂ ਨੂੰ ਪੱਕੀ ਪ੍ਰੋਮਿਲ ਮਿਲ ਜਾਵੇ ਜਿਵੇਂ ਬਰਿਆਮ ਸਿੰਘ ਨੂੰ ਯੂਪੀ ਸਰਕਾਰ ਨੇ ਦਿੱਤੀ ਹੈ ਇਹ ਵੀ ਸਰਕਾਰ ਉਸੇ ਤਰਜ਼ ਤੇ ਇਹਨਾਂ ਨੂੰ ਪੱਕੀ ਪ੍ਰਵਲ ਦੇ ਦੇਵੇ ਇਨਾਂ ਕ ਇਹ ਯਤਨ ਦੇ ਨਾਲ ਇਨਾਂ ਕੁਝ ਹੋ ਸਕਿਆ ਹੈ ਬਾਕੀ ਵੀ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਬਹੁਤ ਸੰਘਰਸ਼ ਕੀਤਾ ਹੈ ਵਿਅਕਤੀ ਤੌਰ ਤੇ ਵੀ ਸਿੱਖ ਸੰਗਤਾਂ ਨੇ ਅਰਦਾਸਾਂ ਕੀਤੀਆਂ ਬਾਣੀ ਦੇ ਜਾਪ ਕੀਤੇ ਇਹ ਸਾਰਿਆਂ ਦਾ ਹੀ ਯੋਗਦਾਨ ਹੈ ਕਿਸੇ ਇੱਕ ਵਿਅਕਤੀ ਦਾ ਨਹੀਂ ਇਹ ਸੰਸਦ ਲਈ ਜਿਵੇਂ ਕਿ ਅਰੀ ਬਾਹਰ ਬੈਠੇ ਸਖ ਜਿਹੜੇ ਆ ਉਹ ਇਤਰਾਜ਼ ਕਰਦੇ ਆ ਖਾਸ ਤੌਰ ਤੇ ਅਕਾਲੀ ਸਰਕਾਰ ਤੇ ਕਿ ਸਾਨੂੰ ਇਹਨਾਂ ਨਾਲ ਬੈਠਣਾ ਨਹੀਂ ਚਾਹੀਦਾ ਗੱਲ ਹੀ ਨਹੀਂ ਕਰਨੀ ਚਾਹੀਦੀ ਨਾ ਸਾਨੂੰ ਸੈਂਟਰ ਨਾਲ ਗੱਲ ਕਰਨੀ ਚਾਹੀਦੀ ਆ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਡਾਕਟਰ ਜਸਦੇਵ ਸਿੰਘ ਹੀ ਰਾਏ ਜਾਂ ਤੁਸੀਂ ਸਾਰਿਆਂ ਨਾਲ ਜਿੱਦਾਂ ਤੁਸੀਂ ਗੱਲ ਕੀਤੀ ਇੰਟਰਨੈਸ਼ਨਲ ਪੰਥਕ ਦਲ ਦੇ ਬਸਵਦੀ ਉਹ ਜਾ ਕੇ ਬੈਠਿਆ ਤੇ ਤਰ੍ਹਾਂ ਤਰ੍ਹਾਂ ਦੇ ਤੰਨੇ ਮੇਲੇ ਵੀ ਦਿੱਤੇ ਗਏ ਆ ਇਹ ਕੀ ਬਾਕੀ ਬਹਿਣਾ ਨਹੀਂ ਚਾਹੀਦਾ ਜਾਂ ਬਹਿਣਾ ਚਾਹੀਦਾ ਤੇ ਇਹ ਸਾਡੀ ਬਦਕਿਸਮਤੀ ਹੈ ਜੋ ਸਾਡਾ ਆਪਸੀ ਭਰੋਸਾ ਨਹੀਂ ਜੱਥੇ ਬੰਦੀਆਂ ਦਾ ਇਤਿਫਾਕ ਨਹੀਂ ਕੋਈ ਇੱਕ ਸੈਂਟਰ ਪਲੇਸ ਨਹੀਂ ਜਿੱਥੇ ਇਕੱਠੇ ਹੋ ਸਕੀਏ ਅਸੀਂ ਇਸ ਕਰਕੇ ਵੀ ਇੱਕ ਦੁਬਦਦਾ ਕਾਰਨ ਹੋਣ ਕਰਕੇ ਵੀ ਇਹ ਸ਼ਿਕਾਇਤੀਆਂ ਦਾ ਸਮਾਂ ਲੰਬਾ ਹੁੰਦਾ ਗਿਆ ਮੈਂ ਸਮਝਦਾ ਜਿਵੇਂ ਜਸਟਿਸ ਰਾਏ ਨੇ ਡਾਕਟਰ ਰਾਏ ਨੇ ਪ੍ਰਧਾਨ ਮੰਤਰੀ ਨਾਲ ਇੰਗਲੈਂਡ 'ਚ ਗੱਲ ਕੀਤੀ ਉਹਨਾਂ ਨੇ ਕਾਲੀਆਂ ਸੂਚੀਆਂ ਦਾ ਮੁੱਦਾ ਚੁੱਕਿਆ ਉਹਦੇ ਨਾਲ ਹੋਰ ਸਿੱਖਾਂ ਦੇ ਇੰਟਰਨਲ ਮਸਲੇ ਵੀ ਜਿਨ੍ਹਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਹੈ ਉਹਦੇ ਵਾਸਤੇ ਵੀ ਸਰਪ੍ਰਸਤੀ ਅਕਾਲ ਤਖਤ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਸਿਰਜਿਆ ਹੋਇਆ ਤਖਤ ਮਹਾਨ ਹੈ ਸੋ ਉਹਦੇ ਬਾਰੇ ਵੀ ਉਹਨਾਂ ਨੇ ਕਾਫੀ ਯਤਨ ਕੀਤੇ ਹੈ ਕਿ ਸਾਨੂੰ ਇਹਦੇ ਤੇ ਕੋਈ ਪ੍ਰਸ਼ਨ ਚੰਗ ਲੱਗਾ ਨਹੀਂ ਰਹਿਣ ਦੇਣਾ ਚਾਹੀਦਾ ਇਹ ਵੀ ਉਹਨਾਂ ਦਾ ਚੰਗਾ ਯਤਨ ਹੈ ਉਹਦੇ ਨਾਲ ਕਾਲੀਆਂ ਸੂਚੀਆਂ ਖਤਮ ਹੋਈਆਂ ਜਿਹੜੀਆਂ ਰਹਿੰਦੀਆਂ ਉਹ ਵੀ ਖਤਮ ਹੋ ਰਹੀਆਂ ਇਹ ਡਾਕਟਰ ਰਾਏ ਦਾ ਉਪਰਾਲਾ ਹੈ ਔਰ ਜਿੱਥੇ ਹੋਰ ਸਿੱਖ ਆਵਾਜ਼ ਠਾਉਂਦੇ ਆ ਜਦੋਂ ਤੱਕ ਅਸੀਂ ਤਾਲਮੇਲ ਨਹੀਂ ਕਰਾਂਗੇ ਜਿੱਥੇ ਗੱਲ ਖੜੀ ਉਦੋਂ ਗਾਹ ਨਹੀਂ ਤੋਰਾਂਗੇ ਕਿਵੇਂ ਤੁਰੇਗੀ ਸੋ ਇਸ ਵਾਸਤੇ ਜਿਹੜੇ ਮੇਰੇ ਵੀਰ ਇਸ ਚੀਜ਼ ਦਾ ਇਤਰਾਜ਼ ਕਰਦੇ ਆ ਕਿ ਸਾਨੂੰ ਅਕਾਲੀ ਸਰਕਾਰ ਨਾਲ ਨਹੀਂ ਬਹਿਣਾ ਚਾਹੀਦਾ ਉਹ ਗੁਰੂ ਸਾਹਿਬ ਦਾ ਇਤਿਹਾਸ ਪੜ ਲੈਣ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਕੀ ਭੂਰਨੇ ਪਾਇਆ ਜਿੰਨੀ ਦੇਰ ਤੱਕ ਅਸੀਂ ਕਿਸੇ ਨਾਲ ਬੈਠ ਕੇ ਡਿਸਕਸ਼ਨ ਨਹੀਂ ਕਰਾਂਗੇ ਕਿਸੇ ਗੱਲ ਤੇ ਪਹੁੰਚਾਂਗੇ ਨਹੀਂ ਆਪਣੇ ਇਤਰਾਜ਼ ਆਮੋ ਸਾਹਮਣੇ ਦੱਸਾਂਗੇ ਨਹੀਂ ਇਹੀ ਵੀਰ ਮੇਰੇ ਸਟੇਜਾਂ ਤੇ ਜਾ ਕੇ ਤਾਂ ਬਹੁਤ ਲੰਮੀ ਲੰਮੀ ਟਾਰਾ ਮਾਰਦੇ ਆ ਇਤਰਾਜ਼ ਕਰਦੇ ਆ ਤੇ ਉਹੀ ਗੱਲਾਂ ਜੇ ਸਾਹਮਣੇ ਬੈਠ ਕੇ ਕਰਨ ਦੀ ਸੀ ਜ਼ਰੂਰਤ ਕਰਦੇ ਆ ਤੇ ਫਿਰ ਇਤਰਾਜ਼ ਕਿਸ ਗੱਲ ਦਾ ਇਤਰਾਜ਼ ਨਹੀਂ ਕਰਨਾ ਚਾਹੀਦਾ ਸਾਨੂੰ ਸਭ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਔਰ ਮੈਂ ਨਾਲ ਇਹ ਵੀ ਬੇਨਤੀ ਕਰਾਂ ਤੇ ਇੰਨਾ ਕੁਝ ਕਾਫੀ ਨਹੀਂ ਅਜ ਭਾਈ ਗੁਰਦੀਪ ਸਿੰਘ ਮੇਰੇ ਨਾਲ ਖੜੇ ਆ ਬਜ਼ੁਰਗ ਮਾਤਾ ਪਿਤਾ ਬੈਠੇ ਆ ਇਹਨਾਂ ਦੇ ਘਰ ਦੀ ਹਾਲਤ ਤੁਸੀਂ ਦੇਖ ਹੀ ਲਈ ਆ ਕਈ ਵਾਰੀ ਜਿਹੜੇ ਜਿਹੜੇ ਸਾਡੇ ਸੰਘਰਸ਼ ਦੇ ਵਿਰੋਧੀ ਸੀ ਨਾ ਉਹ ਸਮਝਦੇ ਸੀ ਕਿ ਲੁੱਟਾਂ ਖੋਹਾਂ ਕਰਕੇ ਇਹ ਅੰਦਰ ਗਏ ਹੋਏ ਆ ਆ ਤੁਸੀਂ ਕਰਦੇ ਹਾਲਾਤ ਦੇਖ ਲਓ ਕਿ ਕਿਹੋ ਜੇ ਨੇ ਤੇ ਇਹਨਾਂ ਦਾ ਕਿਹੋ ਜਿਹਾ ਕਰਤਾਰ ਹੋ ਸਕਦਾ ਹੈ ਭਾਈ ਗੁਰਦੀਪ ਸਿੰਘ ਜੀ ਦਾ ਸੋ ਦੂਸਰੀ ਬੇਨਤੀ ਏ ਤੇ 26 ਸਾਲਾਂ ਤੋਂ ਬਾਅਦ ਜੇ ਇਹ ਘਰ ਵਾਪਸੀ ਆਇਆ ਤੇ ਖੁੱਲੇ ਸਮਾਨ ਦੀ ਛੱਤ ਥੱਲੇ ਪਏ ਆ ਇਹਨਾਂ ਦੇ ਮੋੜ ਪੈਰਾ ਤੇ ਖੜੇ ਹੋਣ ਵਾਸਤੇ ਵੀ ਸਾਨੂੰ ਸਾਰਿਆਂ ਨੂੰ ਬਿਨਾਂ ਕਿਸੇ ਧੜੇਬੰਦੀ ਤੋਂ ਬਿਨਾਂ ਕਿਸੇ ਈਰਖਾ ਬਖੀਲੀ ਤੋਂ ਸਾਨੂੰ ਹਮਦਰਦੀ ਦੇ ਨਾਲ ਹੰਬੜਾ ਮਾਰਨਾ ਚਾਹੀਦਾ ਹੈ ਇਹੋ ਜੀ ਹੋਰ ਵੀ ਗੁਰ ਸਿੱਖ ਜਿਹੜੇ ਆ ਸਾਨੂੰ ਇਕੱਠਿਆਂ ਹੋ ਕੇ ਸਾਰਿਆਂ ਨੂੰ ਹੰਬੜਾ ਮਾਰੀਏ ਤੇ ਸਾਰੇ ਰਲ ਮਿਲ ਕੇ ਚੱਲੀਏ ਜਿਹੜੀ ਇੱਕ ਪੁਰਾਣੀ ਜੀ ਪ੍ਰਤਕ ਚੱਲੀ ਆਉਂਦੀ ਹੈ ਨਾ ਇੱਕ ਦੂਜੇ ਦੀ ਲੱਤਾਂ ਖਿੱਚਣ ਦੀ ਇਦਿਨਾ ਨਾ ਅਤੀ ਅਜ ਤੱਕ ਕੋਈ ਪ੍ਰਾਪਤੀ ਹੋਈ ਐ ਤੇ ਨਾ ਗਾਹੀ ਹੋਣੀ ਐ ਸੋ ਮੇਰੇ ਵੀਰ ਜੇ ਕਿਸੇ ਦੇ ਗਲ ਮਨ ਵਿੱਚ ਵਿਅਕਤੀ ਤੌਰ ਤੇ ਕੋਈ ਗਿਲਾ ਸ਼ਿਕਵਾ ਹੈ ਉਹਨੂੰ ਪਾਸੇ ਰੱਖ ਕੇ ਜਿਹੜੀਆਂ ਕੌਮੀ ਗੱਲਾਂ ਕੌਮੀ ਪ੍ਰਾਪਤੀਆਂ ਕੌਮੀ ਕਠਿਨਾਈਆਂ ਕੌਮੀ ਮਸਲੇ ਆ ਉਹਨਾਂ ਤੇ ਆਪਾਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਐ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ ਆਖਿਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਬੈਠੇ ਸਿੱਖਾਂ ਨੂੰ ਹੋਰ ਕੀ ਕਹਿਣਾ ਚਾਹੀਦਾ ਮੈਂ ਇਹ ਹੀ ਬੇਨਤੀ ਕਰੂੰਗਾ ਜਿਹੜੀਆਂ ਸਾਡੀਆਂ ਪਿਛਲੇ ਦਿਨੀ ਜਿਹੜਾ ਵਫ਼ਦ ਇੰਗਲੈਂਡ ਤੋਂ ਇੰਟਰਨੈਸ਼ਨਲ ਪੰਥਕ ਦਲ ਦਾ ਆਇਆ ਤੇ ਇਥੋਂ ਵੀ ਸਾਡੀਆਂ ਕੁਝ ਚਿਰ ਤੋਂ ਲੈ ਕੇ ਪੰਜਾਬ ਗਵਰਨਮੈਂਟ ਨਾਲ ਮੀਟਿੰਗਾਂ ਚੱਲ ਰਹੀਆਂ ਆ ਕਿ ਆਹਾ ਸਾਡੇ ਮਸਲੇ ਆ ਉਹਦੇ ਸਬੰਧ ਵਿੱਚ ਮੈਂ ਆਸਵੰਦਾ ਕਿ ਇਸੇ ਤਰ੍ਹਾਂ ਜਿਵੇਂ ਭਾਈ ਦਵਿੰਦਰ ਸਿੰਘ ਤੇ ਭਾਈ ਗੁਰਦੀਪ ਸਿੰਘ ਜੇਲ੍ਹ ਤੋਂ ਬਾਹਰ ਆਇਆ ਕੁਝ ਹੋਰ ਵੀ ਸਿੱਖ ਕੈਦੀ ਜਿਹੜੇ ਜੇਲ੍ਹ ਤੋਂ ਬਾਹਰ ਆਉਣ ਦੀ ਬਹੁਤ ਜਲਦੀ ਆਸ ਹੈ ਸਾਰੇ ਸਿੱਖਾਂ ਨੂੰ ਬੇਨਤੀ ਹੈ ਤੁਸੀਂ ਅਰਦਾਸ ਕਰੋ ਸਾਡੇ ਨਾਲ ਤੁਹਾਡੀ ਅਰਦਾਸ ਬਹੁਤ ਮਹੱਤਵ ਰੱਖਦੀ ਹੈ ਇਹਦੇ ਨਾਲ ਸਾਨੂੰ ਬਹੁਤ ਵੱਡਾ ਬਲ ਮਿਲੇਗਾ ਤੇ ਬਹੁਤ ਜਲਦੀ ਤੁਹਾਨੂੰ ਹੋਰ ਚੰਗੀ ਨਿਬੋਝ ਮਿਲੇਗੀ ਬਾਬਾ ਤਨਵਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ